ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾ ਸੰਗਤ ਲੜੀਵਾਰ ਚੱਲ ਰਿਹਾ ਪ੍ਰੋਗਰਾਮ 1947 ਦਾ ਸੰਤਾਪ 1947 ਦੇ ਸੰਤਾਪ ਪ੍ਰੋਗਰਾਮ ਦੇ ਤਹਿਤ ਜਿਹੜੇ ਸਾਡੇ ਬਜ਼ੁਰਗ 1947 ਦੇ ਵਿੱਚ ਆਪਣੇ ਦਾਦੇ-ਪਰਦਾਦੇ ਦੀ ਉਹ ਧਰਤੀ ਜਿਸ ਧਰਤੀ ਦਾ ਸ਼ਾਇਦ ਸਾਡੀ ਅੱਜ ਦੀ ਜਨਰੇਸ਼ਨ ਨੂੰ ਨਾਮ ਵੀ ਨਹੀਂ ਪਤਾ ਜਿਨ੍ਹਾਂ ਇਲਾਕਿਆਂ ਚੋਂ ਸਾਡੇ ਬਜ਼ੁਰਗ ਨਿਕਲ ਕੇ ਆਏ ਸੀ ਉਹ ਪਲੰਦਰੀ ਉਹ ਬਾਗ ਉਹ ਮੁਜ਼ਫਰਾਬਾਦ ਦਾ ਇਲਾਕਾ ਜਿਸ ਇਲਾਕੇ ਦੇ ਵਿੱਚ ਸਾਡੇ ਬਜ਼ੁਰਗ ਬੇਸ਼ੱਕ ਕੱਚੀਆਂ ਘਰਾਂ ਦੇ ਵਿੱਚ ਸੀ ਇਹਨਾਂ ਦੇ ਪੈਰਾਂ ਦੇ ਵਿੱਚ ਜੁੱਤੀਆਂ ਵੀ ਨਹੀਂ ਪੂਲਾਂ ਸਿਰ ਦੇ ਉੱਤੇ ਪੱਕੇ ਮਕਾਨ ਵੀ ਨਹੀਂ ਕੱਚੀਆਂ ਛੱਤਾਂ ਕੁਛ ਨਾ ਵੀ ਕੋਲ ਹੁੰਦੇ باوجود ਵੀ ਸਾਡੇਆਂ ਬਜ਼ੁਰਗ ਜਿਹੜੇ ਸੀ ਬੜੇ ਪਿਆਰ ਬੜੀ ਆਨੰਦ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਸੀ ਚੰਦੀ ਸਮਿਆਂ ਦੇ ਇਹੋ ਜਿਹੇ ਹਾਲਾਤ ਬਣਦੇ ਨੇ ਸਾਡੇਆਂ ਬਜ਼ੁਰਗਾਂ ਨੂੰ ਆਪਣੇ ਦਾਦੇ-ਪਰਦਾਦੇ ਦੀ ਪੁਸ਼ਤਾਨੀ ਧਰਤੀ ਛੱਡ ਕੇ ਇੱਕ ਨਵੇਂ ਇਲਾਕੇ ਦੇ ਵਿੱਚ ਆਣਾ ਪੈਂਦਾ ਔਰ ਨਵੇਂਓ ਸਿਰਿਓ ਹੱਡ ਬੰਨ੍ਹ ਨਹੀਂ ਮਿਹਨਤ ਕਰਕੇ ਸਾਥ ਸੰਗਤ ਸਾਡੇਆਂ ਬਜ਼ੁਰਗਾਂ ਨੇ ਬੜੀ ਸ਼ੇਤੀ ਸਾਡੇ ਵਾਸਤੇ ਸੁੰਦਰ ਰਹਿਣ ਵਸੇਰਾ ਬਣਾ ਲਿਆ ਹੈ ਸੱਚਮੁੱਚ ਇਹਨਾਂ ਪੱਕਿਆਂ ਘਰਾਂ ਦੇ ਵਿੱਚ ਜਿੱਥੇ ਅਸੀਂ ਬੈਠੇ ਆਂ ਇਹਨਾਂ ਦਾ ਅਸਲੀ ਸੇਰਾਂ ਨਾਲ ਬਜ਼ੁਰਗਾਂ ਦੇ ਸੇਰਾਂ ਤੇ ਆਪਨੀ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਬਜ਼ੁਰਗਾਂ ਦੇ ਇਸ ਦੁਖਾਂਤ ਇਸ ਸੰਤਾਪ ਇਸ ਕੜੀ ਮਿਹਨਤ ਤੋਂ ਜਾਣੂ ਕਰਾਉਣ ਲਈ ਸਾਡਾ ਪ੍ਰੋਗਰਾਮ ਲੜੀਵਾਰ 1947 ਦਾ ਸੰਤਾਪ ਆਪ ਜੀ ਇਸ ਚੈਨਲ ਦੇ ਮਾਧਿਅਮ ਦੁਆਰਾ ਦੇਖਦੇ ਹੋ ਇਸੇ ਸਬੰਧ ਦੇ ਵਿੱਚ ਅੱਜ ਅਸੀਂ ਸਿੰਬਲ ਕੈਂਪ ਵਾਰਡ ਨੰਬਰ 2 ਦੇ ਵਿੱਚ ਪਹੁੰਚੇ ਆਂ ਜਿੱਥੇ 1947 ਦੇ ਸੰਤਾਪ ਦੇ ਹੰਡਾਇ ਬਜ਼ੁਰਗ ਸਾਡੇ ਪਾਸ ਮੌਜੂਦ ਨੇ ਸਾਰਾ ਪਰਿਵਾਰ ਇਕੱਠੇ ਬੈਠਾ ਹੋਇਆ ਆਓ ਪਹਿਲਾਂ ਪਾਪਾ ਜੀ ਨਾਲ ਵਿਚਾਰ ਕਰਦੇ ਹਾਂ 1947 ਦਾ ਸੰਤਾਪ ਇਹਨਾਂ ਨੇ ਆਪਣੇ ਪਿੰਡੇ ਤੇ ਕਿੱਦਾਂ ਹੰਡਾਇਆ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਪਾਪਾ ਜੀ ਸਹੀ ਠੀਕ ਹੈ ਬਿਲਕੁਲ ਠੀਕ ਹੈ ਜੀ ਉਹਨੇ ਕਿਦਾਂ ਫਿਰਦਿਆ ਅੱਛਾ ਮੈਂ ਕਹ ਦੱਸਾਂ ਪੂੰਛੀ ਬੋਲਿਆ ਭੁਲੀਏ ਆ ਕਿਹੜਾ ਪੂੰਛੀ ਬੋਲਨੇ ਹੁੰਿਆ ਹਾਂ ਹਾਂ ਘਰ ਬੋਲਨੇ ਆ ਬੱਚਿਆਂ ਕਨੇ ਪੂੰਛੀ ਬੋਲਨੇ ਆ ਪੰਜਾਬੀ ਮੈਂ ਪੰਜਾਬੀ ਬੋਲਣਾ ਪੂੰਛੀ ਨਾ ਬੋਲਨੇ ਜੋ ਜਣਗੋ ਮੈਂ ਪੁਛੀ ਬੋਲਾਂ ਪੰਜਾਬੀ ਬੋਲਾਂ ਤੁਸੀਂ ਜੋ ਮਰਜੀ ਬੋਲੋ ਤੁਸੀਂ ਉਸ ਪਰ ਪੁਛੀ ਬੋਲ ਮੈਂ ਸਮਝਦਾ ਮੈਂ ਬੋਲਣਾ ਪੁਛੀ ਬੋਲੀ ਛੋਲੇ ਨਾਲ ਨਾ ਹਾਂ ਬੋਲੀ ਸੁਣਨਾ ਹੈ ਕੀ ਬਾਤ ਹੈ ਪਪਾ ਜੀ ਦੱਸਾਂ ਕਿ ਨਾਂ ਦਾ ਸੜਾ ਮੇਰਾ ਨਾਂ ਹੈ ਸੰਤੋਖ ਸਿੰਘ ਸੰਤੋਖ ਸਿੰਘ ਹਾਂ ਜੀ ਤੇ ਤੁਹਾਡੇ ਪਪਾ ਜੀ ਨਾ ਕਿਹਨਾ ਸਰ ਰਵੀਰ ਸਿੰਘ ਪੌਰ ਜੀ ਨੇ ਆਪਣੇ ਆਪ ਨੂੰ ਹੋ ਪੋਂਟ ਕਿਉਂਕਿ ਉਹ ਕਵਿਤਾਵਾਂ ਲਿਖਣ ਦੇ ਸ਼ੌਕ ਸੀ ਉਹਨਾਂ ਨੂੰ ਜੇਰਾ ਸੰਤੋਖ ਸਿੰਘ ਪੋਂਟ ਰਵੀਰ ਸਿੰਘ ਪੌਰ ਰਵੀਰ ਸਿੰਘ ਪੌਰ ਪੋਰਾ ਪੋਰ ਪੋਰ ਹਾਂ ਪੋਰ ਮਤਲਬ ਜਿਹੜੇ ਸ਼ਾਇਰ ਹੁੰਦੇ ਨਾ ਸ਼ਾਇਰ ਸ਼ਾਇਰ ਆਹ ਕੀ ਬਾਤ ਹੈ ਉਹ ਲੇਕਿਨ ਕਵਿਤਾ ਲਿਖਦੇ ਨੇ ਸਰ ਕਵਿਤਾ ਲਿਖਨੇ ਸੀ ਬੜੇ ਸ਼ਾਨਦਾਰ ਲਿਖਦੇ ਨੇ ਸਰ ਪਸੰਦ ਪਾਪਾ ਯਾਰ ਨੇ ਲਿਖੀ ਨਹੀਂ ਕੋਈ ਰੱਖੀ ਨਹੀਂ ਅੰਦਰ ਕੋਈ ਥੇ ਹੀ ਲਿਖੀ ਐਕਚੁਅਲੀ ਉਹ ਫਿਰ ਅਸੀਂ ਮਕਾਨ ਚੇਂਜ ਕਰਤਾ ਨਾ ਹਾਂ ਤੇ ਉਹ ਛੋਟੇ ਭਰਾ ਕੁਰਸੀ ਦਾ اچھا ਤੇ ਉਹਨਾਂ ਨੇ ਪਤਾ ਨਹੀਂ ਕਿਥੇ ਰੱਖ ਸੁੱਟ ਰੱਖ ਛੱਡਿਆ ਕੀ ਬਾਤ ਉਹ ਚੀਜ਼ ਸਾਹਮਣੇ ਵਾਲੀ ਸੀ ਮੈਂ ਜਿਸਨੇ ਵੀ ਘਰ ਗਿਆ ਨਾ ਸਨਾ ਜਿਹੜੀ ਕੋਈ ਚੀਜ਼ ਹੋ ਹਨ ਨਾ ਬਜ਼ੁਰਗੇ ਦੀ ਕਿਤਾਬ ਕਵਿਤਾ ਉਹ ਮੈਂ ਚੁੱਕੀ ਨਹੀਂ ਨਾਸ ਬਈ ਇਹ ਇਹ ਚੀਜ਼ ਸਮਨੇ ਇਹ ਅੱਛਾ ਕੀਤਾ ਨਾ ਬੜਾ ਅੱਛਾ ਮੈਂ ਬੜਾ ਇਕੱਠਾ ਕੀਤਾ ਦਾ ਖਜ਼ਾਨਾ ਜੀ ਔਰ ਤੁਹਾਡੇ ਇਸ ਖਜ਼ਾਨੇ ਨਾਲ ਰਿਜ਼ਲਟ ਦੱਸਾਂ ਵੀ ਕਿੰਨੀ ਵੱਡੀ ਪ੍ਰਾਪਤੀ ਹੋਈ ਅੱਗੇ ਦੇਖੋ ਔਰ ਬਜ਼ੁਰਗੋਂ ਕੋਲੇ ਲੱਭਣਾ ਚ ਲੱਗੇ ਜਾ ਕੇ ਅੱਛਾ ਤੁਹਾਡੇ ਦਾਦਾ ਜੀ ਨਾ ਕਿਹਨਾਂ ਸਾ ਅਮੀਰ ਸਿੰਘ ਅਮੀਰ ਸਿੰਘ ਸਰਦਾਰ ਅਮੀਰ ਸਿੰਘ ਜੀ ਪਰਦਾਦੇ ਨਾ ਪਰਦਾਦੇ ਨਾਮ ਮੈਂ ਦੱਸ ਨਹੀਂ ਸਕ ਰਿਹਾ ਤੁਸੀਂ ਪਤਾ ਪੈਂਦੀ ਸੁਨਿਆ ਸਿੰਘ ਗੁਰਮੁਖ ਸਿੰਘ ਆ ਨਾ ਗੁਰਮੁਖ ਸਿੰਘ ਪੱਕਾ ਨਹੀਂ ਬਣਾ ਅੱਛਾ ਤੋਂ ਪਤਾ ਹੈ ਨਹੀਂ ਉਹ ਫਿਰ ਨਿਕਲ ਸੀ ਨਾ ਕੁੰਡਲੀ ਅੱਛਾ 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 ਅੱਗੇ ਕੁੰਡਲੀ ਨਿਕਲ ਸੀ ਨਾ ਅੱਛਾ ਕਿਹੜਾ ਇਲਾਕਾ ਸਾਡਾ ਪਿੱਛੇ ਸਾੜਾ ਜੀ ਏਸੀ ਆਪਣਾ ਰਾਵਲਾ ਕੋਟ ਰਾਵਲਾ ਕੋਟ ਤੋਂ ਕੋਈ 3 ਕਿਲੋਮੀਟਰ ਦੂਰ ਸੀ ਸਾੜਾ ਬੇਗਾਲਾ ਬੇਗਾਲੇ ਨੇ ਸਿਆ ਤੁਸੀਂ ਬੇਗਾਲੇ ਤੇ ਆ ਸਿਆ ਬੇਗਾਲੇ ਨੇ ਆ ਤੁਹਾਡੇ ਹੈ ਨਾ ਆਪਣੇ ਤਮਨੀ ਕੋਟ ਬੇਗਾਲੇ ਨੇ ਹਾਂ ਜੀ ਤਮਲੀ ਕੋਟ ਬੇਗਾਲੇ ਨੇ ਸਿਆ ਨਾ ਆਹ ਕਿਹੜਾ ਸਕੂਲ ਦਾ ਗੁਰੂ ਹਰਕ੍ਰਿਸ਼ਨ ਅੱਛਾ ਬਲੀ ਵੀਰ ਜੀ ਉਹ ਨਾ ਇਹ ਉਤਨੇ ਆ ਦੇਣਾ ਅੱਛਾ ਉਹ ਬੇਗਾਲੇ ਨੇ ਤੇ ਬੇਗਾਲੇ ਨੇ ਅੱਛਾ 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 ਹੋਰ ਬੇਗਾਲੇ ਨੇ ਤੁਸੀਂ ਦੱਸਣਾ ਸੀ ਤਾ ਇਸ ਇਲਾਕੇ ਕਿਹੜੇ ਦੇ ਤਮਨੀਕੋਟ ਨੇ ਤਮਨੀਕੋਟ ਨੇ ਕਰੀ ਪਸਤੀਰ ਦੇ ਪੰਤ ਤੀਨ ਪਸਤੀ ਨਹੀਂ ਹਾਂ ਪੰਤ ਪੰਤ ਤੀਨ ਇੱਕ ਦੋ ਕਰ ਅੱਛਾ ਅੱਛਾ ਤੁਸੀਂ ਉੱਥੇ ਨੇ ਦਿਆ ਬੇਸਿਕਲੀ ਸਾਰੇ ਜਿਹੜੇ ਮੇਰੇ ਡੈਡੀ ਨੇ ਜਿਹੜੇ ਨਾਨਕੇ ਸੇ ਨਾ ਉਹਨਾਂ ਦਾ ਇਲਾਕਾ ਵੀ ਇਹ ਸਤਵਾੜੇ ਬੇਗਾਲੇ ਤਮਨੀਕੋਟ ਨੇ ਨਾਲ ਪੈਣਾ ਸਿਆ ਪ੍ਰਾਠ ਪਾ ਆਈਏ ਪ੍ਰੋਪੜਾਟਾ ਹੋ ਪ੍ਰਾਠ ਆਸਾ ਨਾ ਜਾਂਦਾ ਪ੍ਰੋਬਲਮ ਜਿੱਤੇ ਤਰਾ ਤਰੇਵਾੜਾ ਦੇ ਸਾਰੇ ਪ੍ਰਾਠਾ ਨੇ ਹਾਂ ਪੂਰੇ ਬੰਦੇ ਪ ਅਸੀਂ ਇਕੱਠੇ ਬਣੇ ਪ੍ਰਾਟ ਦੇ ਬੱਚਿਆਂ ਨਾਲ ਹੂੰ ਹੂੰ ਅਸੀਂ ਹਮੇਸ਼ਾ ਜਾਂਦੇ ਹਾਂ ਸੇ ਪੜਨ ਵਾਸਤੇ ਅੱਛਾ ਪ੍ਰਾਟ ਦੇ ਕਾਫੀ ਦੋਸਤ ਹਨ ਮੇਰੇ ਆਹ ਮਾਸਟਰ ਬਾਦਲ ਔਰ ਪ੍ਰਾਟ ਦੇ ਹਨ ਹਾਂ ਹੈਨਾ ਹਾਂ ਜੀ ਹਾਂ ਬੇਸਿਕਲੀ ਬੜੀ ਅੱਛੀ ਬਰਾਦਰੀ ਹੈ ਇਸ ਪ੍ਰਾਟ ਨਹੀਂ ਸਾਡੇ ਉਹ ਨਾਨਕੇ ਪ੍ਰਾਟੀ ਸਨ ਅੱਛਾ ਅਸ ਬਾਗਦੇ ਹਾਂ ਮੇਰੇ ਦਾਦ ਦਾ ਪਰਿਵਾਰ ਹੈ ਕੋਠੀ ਨੇ ਮਹੱਲੇ ਸਾ ਅੱਛਾ ਹਾਂ ਅਸ ਬਾਗੀ ਇਸ ਸੰਭਾ ਕੋਠੀਆਂ ਵੀ ਸਾਡੇ ਰਿਲੇਸ਼ਨਸ਼ਿਪਸ ਐਸੇ ਕਿਹੜੇ ਕੋਠੀਆਂ ਪਰ ਸਾਡੇ ਨਾਨਕੇ ਸਨ ਕੌਣ ਸਨ ਉਹਨਾਂ ਦੇ ਮਜ਼ਬੂਰ ਵੀ ਇੱਕ ਬੇਛੋਟੇ ਉਮਰ ਜੇ ਫਿਰ ਬਾਤ ਚੱਲੇਗੀ ਬਾਰ ਬਾਰ ਨਹੀਂ ਇਸ ਤਰ੍ਹਾਂ ਨਾਮ ਕੋਈ ਕੋਨਸਨ ਡਵੈਲਪਰ ਮੈਂ ਦੱਸਾਂ ਇਟਸ ਆ ਇਹ ਆਸਨ ਨਹੀਂ ਆਦੂਰ ਮਤਲਬ ਕੋਠੀਆਂ ਨੇ ਇਹਦੇ ਮੈਨਸ਼ਰ ਨਾਮ ਸਿੰਘ ਦੁਖੀ ਹੋਰ ਦਾ ਪਰਿਵਾਰ ਜਾਂ ਰਾਗੀ ਫਕੀਰ ਸਿੰਘ ਜੀ ਉਹਨਾਂ ਦਾ ਪਰਿਵਾਰ ਇਹ ਮੈਨ ਪਰਿਵਾਰ ਤਾਂ ਹੀ ਇਸੇ ਕੋਠੀਆਂ ਚ ਆਹ ਅੱਛਾ ਨੇ ਹੈਨਾ ਹਾਂਜੀ ਹਾਂ ਬਿਲਕੁਲ ਕੋਠੀਆਂ ਨੇ ਕੋਠੀਆਂ ਨਾਲ ਸਾਡੇ ਕੋਲ ਕਾਫੀ ਹੈ ਅੱਛਾ ਤੁਸੀਂ ਤਾਂ ਮਨੀ ਕੋਟ ਬੇਗਲੇ ਨੇ ਸਿਆ ਬੇਗਲੇ ਤੇ ਆਇਆ ਅੱਛਾ 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 ਤੇ ਤੁਹਾਡੇ ਕਿੰਨੇ ਜਿਹੜੇ ਤਾਈ ਚਾਚੇ ਕਿੰਨੇ ਸੇ ਸਾਡੇ ਸੰਜ ਚਾਚੇ ਸੰਤ ਮਤਲਬ ਇਹ ਪਿਤਾ ਜੀ ਇਹ ਚਾਰ ਭਰਾ ਸਨ ਦੋ ਇਹ ਸੰਤ ਸਰਦਾਰ ਗੋਪਾਲ ਸਿੰਘ ਏ ਤ੍ਰੀਏਸਨ ਸਰਦਾਰ ਸਰਦਾਰ ਸਿੰਘ ਹੂੰ ਉਹ ਬੜੇ ਬ੍ਰह्मज्ञਗੇ ਨੇ ਜਿਹਨ ਸਨ ਅੱਛਾ ਹਾਂ ਉਹਨਾਂ ਦੇ ਅੱਗੇ ਕੋਈ ਬੱਚੇ ਪੁੱਛੇ ਉਹਨਾਂ ਦੇ ਮਤਲਬ ਕੋਈ ਨਹੀਂ ਔਲਾਦ ਕੋਈ ਨਹੀਂ ਹੋਈ ਅੱਛਾ ਤੇ ਉਹ 47 ਮਾਰੇ ਗਏ ਉੱਥੇ ਕਰੇ ਉਹ ਚਾਚੇ ਵੀ ਸਾਡੇ ਕੋਲ ਰੇਰਾ ਦਾ ਚਾਚੇ ਅੱਛਾ ਉਹਨਾਂ ਦੀ ਘਰ ਵਾਲੀ ਹਾਂ ਅੱਛਾ ਆਪਣਾ ਸਾਰਾ ਉਹਨਾਂ ਦਾ ਬੜਾ ਮੋਹ ਸੀ ਚਾਚੀ ਨਾਲ ਜੀ ਜੀ ਕਿਉਂਕਿ ਔਲਾਦ ਕੋਈ ਨਹੀਂ ਸੀ ਵਿਚਾਰੀ ਦੀ ਤੇ ਚਾਚਾ ਵੀ ਸਿੱਧਾ ਜਾਇਆ ਸੀ ਬਿਲਕੁਲ ਹੂੰ ਸਿੱਧਾ ਸਦਾ ਹੂੰ ਤੈਸੀਆ ਸੀ ਚਾਚਾ ਚੋਸਾਈ ਸੀ ਚਾਚਾ ਅਵਤਾਰ ਸਿੰਘ ਇਹਨਾਂ ਦੇ ਬੱਚੇ ਕਿਹੜੀ ਜਗ੍ਹਾ ਨਵਤਾਰ ਸਿੰਘ ਹੋਰ ਨੇ ਕਿੰਨੇ ਦੇ ਗੋਪਾਲ ਸਿੰਘ ਹੋਰ ਨੇ ਤਰਤਾਰ ਗੋਪਾਲ ਸਿੰਘ ਹੋਰ ਹੁੰਦਾ ਇੱਕ ਅਰਜਨ ਸਿੰਘ ਸੀ ਵਡਾ ਬੱਚਾ ਉਹ 47 ਸਾਲ ਦੀ ਸ਼ਹੀਦ ਹੋ ਗਿਆ ਸੀ ਉਹ ਹੋ اچھا ਆ ਕੋਸੋ ਨਾਲ ਸਾਢੇ ਉਮਰ ਦਾ ਸੀ ਉਹ ਮੇਰੇ ਕੋਲ ਕੋਈ 4 ਸਾਲ ਬੜਾ ਸੀ اچھا ਦੁਜਾਈ ਉਹ ਜਾਗਰ ਉਹ ਆਕੇ ਇਸ ਐਸੇ ਹੁਣ ਪੇਸ਼ ਡੈਥ ਹੋਈ ਉਹਦੀ ਅੱਛਾ ਉਹ ਜਾਗਰ ਸਿੰਘ ਤ੍ਰਿਆ ਅੰਬ੍ਰੇਕ ਉਹਦਾ ਜਨਮ ਹੋਇਆ ਸੀ ਨਗਰੋਡੇ ਕੈਂਪੇਜ ਅੱਛਾ ਕਵੰਜ ਚ ਨਗਰੋਡੇ ਕੈਂਪੇਜ ਜਨਮ ਹੋਇਆ ਉਹਦਾ ਅੱਛਾ ਤੇ ਉਹ ਠੀਕ ਹੈ ਹੁਣ ਇਥੇ ਹੀ ਹੈ ਅੱਛਾ ਅੱਛਾ ਤੇ ਤੁਸ ਤੁਸ ਸੱਕੇ ਭੈਣ ਭਰਾ ਕਿਨੇ ਹੋ ਅਸ਼ੇ 6 ਭੈਣ ਸੀ ਹਮ ਤੇ ਦੋ ਭਰਾ ਸੀ ਦੋ ਭਰਾ ਬੰਬੇ ਜਿਹੜਾ ਜਨਮ ਹੋਇਆ ਅੱਛਾ 1959 ਜੇ ਸੁਰਿੰਦਰ ਸਿੰਘ ਇਹ ਐਸੀ ਨੇ ਆਪਣੇ ਨਈ ਬਸਤੀ ਉੱਪਰ ਆ ਹੋ ਆਰਮੀ ਸੁਬਦਾਰ ਸਨ ਸਾਈਕਲ ਸਿੱਖੀ ਚ ਅੱਛਾ ਤੇ ਉੱਥੋਂ ਆਏ ਕਰ ਬਿਮਾਰ ਹੋ ਗਏ ਫਰੇ ਇਹ ਪੰਜਾਬ ਹੀ ਲਗੇ ਉਥੇ ਆਪਣੇ ਚੋਟਾਲਾ ਪਿੰਡ ਵਿੱਚ ਹੈ ਚੋਟਾਲਾ ਗਰੰਸੀ ਜਾ ਹੋ ਤੇ ਉਥੇ ਬਿਮਾਰ ਹੋ ਗਏ ਬਿਮਾਰ ਹੋ ਗਏ ਤੇ ਪਰਜਾਇ ਨੇ ਫੋਨ ਕੀਤਾ ਕਿ ਪਾਪਾ ਜੀ ਇਹ ਬੋਲ ਦੇਣੀ ਚਾਹਦੇ ਨੇ ਕੁਝ ਨਹੀਂ ਕਹਨੇ ਤੁਸੀਂ ਆਓ ਇੱਥੇ ਚੋਟਾ ਲਾਓ ਮੈਂ ਨੈਕਸਟ ਡੇ ਸਵੇਰ ਦੀ ਬੱਸ ਪਕੜੀ ਤੇ ਜਾ ਕੇ ਦੇਖਿਆ ਮੈਂ ਕਿ ਉਹ ਬੁੜੂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਬੋਲਿਆ ਨਹੀਂ ਬੇਹੋਸ਼ ਪਿਆ ਦਾ ਤੇ ਉਸ ਪਰ ਬੋਲੇ ਕੀ ਕਰਨਾ ਉਹਨੂੰ ਬਲੱਡ ਚੜਾਈ ਜਾਣਾ ਉਪਰ ਨੂੰ ਚੜਾਈ ਜਾਂਦੇ ਮੈਂ ਥੱਲੇ ਨਿਕਲਦਾ ਜੇ ਅੱਛਾ ਬਲੀਡਿੰਗ ਹੁੰਦੀ ਰਹੀ ਹੈ ਬਲੀਡਿੰਗ ਹੁੰਦੀ ਰਹੀ ਹੋਇਆ ਮੈਂ ਉਹਨਾਂ ਨੇ ਪੁੱਛਿਆ ਬਹੁਤ ਜੀ ਦਿਨ ਮੈਂ ਯਾਰ ਡਾਕਟਰ ਸਾਹਿਬ ਤੁਸੀਂ ਇਹਨੂੰ ਬਲੱਡ ਜਾਂਦੇ ਹੋ ਤਾਂ ਉਹ ਬਲੱਡ ਪੂਰਾ ਬਾਹਰ ਨਿਕਲ ਜਾਂਦਾ ਹੈ ਇਹਦੀ ਜ਼ਿੰਦਗੀ ਦੀ ਕਿੰਨੀ ਇੱਕ ਪਰਸੈਂਟ ਹੈ ਹਾਂ ਕਹਿੰਦਾ 1% ਹੈ ਓਹੋ ਤੇ ਮੈਂ 1% ਕਿਉਂ ਉਸੇ ਮੁਰਦੇ ਨੂੰ ਖਰਾਬ ਕਰਦੇ ਪਏ ਹੋ ਇਹਨੂੰ ਸਾਨੂੰ ਕੰਮ ਕਰ ਲੈ ਜਾਣ ਦਿਓ ਘਰ ਜਾ ਕੇ ਪਰਿਵਾਰ ਚ ਰਹੇਗਾ ਬਰਾਦਿਰ ਮਿਲੇਗੀ ਉੱਥੇ ਆ ਕੇ ਸਭ ਅਸੀਂ ਇਕੱਠੇ ਹੋਵਾਂਗੇ ਇੱਕ ਦੂਜੇ ਦਾ ਮੋਹ ਦੇਖਾਂਗੇ ਉਹ ਨਹੀਂ ਸਨ ਦੇਖਦਾ ਸੀ ਨਾ ਬੋਲਦਾ ਸੀ ਕੁਝ ਨਹੀਂ ਖਾਇਆ ਅੱਛਾ ਅੱਛਾ ਬੜੇ ਜੋਰ-ਜੋਰੇ ਬੜੇ ਜੋਰ-ਜੋਰੇ ਸਾਹ ਲੈਣੇ ਉਹਨੇ ਆ ਅੱਛਾ ਉਹਨੇ ਫਿਰ ਡੈਥ ਹੋ ਗਈ ਹੈ ਫਿਰ ਡੈਥ ਹੋ ਗਈ ਉਹਨਾਂ ਦੀ ਉਹ ਉਹਨਾਂ ਦੀ ਫਿਰ ਮੌਤ ਹੋ ਗਈ ਫਿਰ ਮੈਂ ਹੈ ਆਹ ਹਾਂ ਮੌਤ ਹੋ ਗਈ ਫਿਰ ਮੌਤ ਮੌਤ ਬਹੁਤ ਵੀ ਉਸੇ ਛੁਟਾਰ ਹੋ ਗਈ ਸੀ ਅੱਛਾ ਉਥੋਂ ਡੈੱਡ ਬਾਡੀ ਮੈਂ ਲੈ ਗਿਆ ਪਰਜਾਇਦਾ ਖਿਆਲ ਸੀ ਕਿ ਇੱਥੇ ਸਰਕਾਰ ਸੁਰਖਰਾ ਕੇ ਕਰ ਦਈਏ ਤੇ ਤੁਸੀਂ ਪਰਵਾਹ ਤੇ ਮੈਂ ਕਿਹਾ ਕੱਲ ਰਾਤੀ ਆਕੇਗੀ ਨਹੀਂ ਨਹੀਂ ਕਿ ਭਰਾ ਨੇ ਉਥੇ ਇਹਨੂੰ ਸਾਫ਼ ਹੋ ਕੇ ਤੇ ਪੈਣਾ ਪੈਣਾ ਤੁਹਾਡੀ ਛੇ ਜਿਹੜੇ 6 6 ਵਜੇ ਡੈਥ ਹੋਈ ਸੀ ਤੋਂ ਦੀ ਅੱਛਾ ਹੁਣ 4 ਸਨ ਪਿਛੇ ਐ ਇੱਥੇ ਕੋਲ ਕਾਲ ਆਇਆ ਨਾ ਕੋਈ ਇੱਥੇ ਕੋਲ ਇਸਲੇ ਸਭ ਡੈਥ ਛੇ ਮਰ ਗਏ ਜਾਂ ਰਹੀਆਂ ਰਾਜ ਬਾਗਨ ਉਹ ਸਭ ਤੋਂ ਛੋਟੀ ਹਾਂ ਰਾਜ ਬਾਗ ਵਾਲੀ ਮਤਲਬ ਪੂਰੀ ਤੁਹਾਡੇ ਆਪਣੇ ਸਕੇ ਪੈਨਪਰਾਂ ਚ ਇੱਕ ਤੁਸਤੇ ਇੱਕ ਛੋਟੀ ਪੈਨਾਂ ਦੇ ਬਣਾ ਉਹ ਰਾਜ ਬਾਗ ਰੰਦੀ ਹੈ ਅੱਛਾ ਪੰਜ ਪੈਨਾਂ ਦੀ ਵੀ ਡੈਥ ਹੋ ਗਈ ਤੇ ਇੱਕ ਬਾਕੀ ਪੈਨਾਂ ਦੇ ਮਾਤਾ ਵੀ ਪਿਤਾ ਵੀ ਮਾਤਾ ਪਿਤਾ ਪਹਿਲੇ ਮਾਤਾ ਜੀ ਹੋਈ ਹੈ ਅੱਛਾ ਛੌਠੀ ਚ ਛੌਠੀ ਮੇਰੀ ਸ਼ਾਦੀ ਹੋਈ ਅੱਛਾ ਤੇ ਛੌਥੀ ਹੀ ਉਹਨੇ ਡੈਥ ਹੋ ਗਈ ਅੱਛਾ 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 ਅਸ਼ੋਦ ਦੇ ਬਾਅਦ ਫਾਦਰ ਡਸ 82 ਚ ਹੋਏ ਬੇਸੀ ਵਿੱਚ ਅੱਛਾ ਬੇਸੀ ਵਿੱਚ ਆਇਤੇ ਉਹਨਾਂ ਦੀ ਅੱਛਾ ਬਾਬਾ ਜੀ ਗੱਲ ਸੁਣੋ ਪਿੱਛੇ ਜਿਹੜਾ ਤੁਹਾਡਾ ਦਾ ਬੇਗਾਲੇ ਸਾਹ ਤਮਨੀ ਕੋਟ ਇਹ ਪੂਰਾ ਇਲਾਕਾ ਸਾਰੇ ਸਰਦਾਰਾਂ ਨਾਲ ਸਾਜਾ ਕੇ ਵਿੱਚ ਨਹੀਂ ਇਹ ਸਰਦਾਰ ਮਿਕਸ ਨਹੀਂ ਦੇ ਜੇ ਸਰਦਾਰ ਸਨ ਜਿਆਦਾ ਮੁਸਲਮਾਨ ਵੀ ਐਸੇ ਸਾਹਮਣੇ ਦੂਰ ਨਾਲ ਮਤਲਬ ਉਹਨਾਂ ਦਾ ਆਪਣਾ ਮਹੱਲਾ ਸੀ ਵੱਖਰਾ ਤੇ ਮੁਸਲਮਾਨ ਦਾ ਜਿਹੜਾ ਹੈ ਬਰਤਾਵ ਸਾਡੇ ਨਾਲ ਕਾਫੀ ਅੱਛਾ ਸੀ ਇੱਕ ਸੀ ਇੱਕ ਸੀ ਮਨਸੂਰ ਅਲੀ ਉਦੀ ਗੁਲਾਮ ਨੇਸ਼ਨਾ ਉਹ ਵਾਈਫ ਦਾ ਨਾਂ ਸੀ ਅੱਛਾ ਉਹਦਾ ਤੇ ਮੇਰੀ ਮਾਤਾ ਦਾ ਬੜਾ ਪਿਆਰ ਸੀ ਆਪਸ ਵਿੱਚ ਮਨਸੂਰ ਅਲੀ ਮਨਸੂਰ ਅਲੀ ਮਾਤਾ ਮੈਂ ਇੱਕ ਜੀਬ ਦੱਸਾਂ ਇਹ ਪ੍ਰੋਗਰਾਮ ਜਿਹੜੇ ਨਾ ਸਾਰੇ ਇੱਥੋਂ ਕੋਲੋਂ ਉੱਥੇ ਲੋਕ ਜ਼ਿਆਦਾ ਦੇਖਨੇ ਅੱਛਾ ਅੱਛਾ ਤੁਹਾਡਾ ਪ੍ਰੋਗਰਾਮ ਅੱਛਾ ਅੱਛਾ ਹੋ ਸਕਦਾ ਹੈ ਮਨਸੂਰ ਅਲੀ ਦਾ ਕੋਈ ਇਸ ਲਈ ਪੋਤਰਾ ਕੋਈ ਦੇਖ ਰਿਹਾ ਹੋਵੇ ਹਾਂ ਉਹ ਥੱਲੇ ਉਹ ਮਨਸੂਰ ਅਲੀ ਬੜਾ ਪਿਆਰ ਕਰਦਾ ਸੀ ਮੈਨੂੰ ਪਿਆਰ ਕਰਦਾ ਸੀ ਅੱਛਾ ਤਾਂ ਕੋਈ ਸ਼ਾਇਦ ਦੁੱਧ ਦੀ ਕਮੀ ਹੋ ਗਈ ਨਾ ਉਹਦੇ ਮਨਸੂਰ ਅਲੀ ਦੀ ਵਾਈਫ ਕੇ ਲਈ ਗੁਲਾਮ ਨਿਸ਼ਾ ਮੇਰੀ ਮਾਂ ਨੂੰ ਕਹੇ ਕਰਤਾਰੋ ਆਪਣੇ ਮੁੰਡੇ ਨੂੰ ਮਰੇ ਝੋਲੀ ਪਾ ਦੇਗਾ ਮੈਂ ਆਪਣ ਦੁੱਧ ਪਿਲਾਵਾਂਗੇ ਕਿਆ ਬਾਤ ਹੈ ਮਤਲਬ ਇਸ ਦਾ ਮਤਲਬ ਪਹਿਲੇ ਨਹੀਂ ਸੀ ਜਾਨਾ ਇਹ ਇਹ ਬੜਾ ਪਿਆਰ ਹੁੰਦਾ ਸੀ ਆਪਸ ਵਿੱਚ ਹੈ ਹਸ ਮੈਨੂੰ ਪਿਆਰ ਹੁੰਦਾ ਸੀ ਇਹ ਦੋ ਮੁਸਲਮਾਨ ਇਹ ਤੇ ਮੈਂ ਜਿਹੜੀ ਅੱਜ ਵੀ ਉਹਨਾਂ ਦੀ ਪਾਪਾ ਹੀ ਜਨਰੇਸ਼ਨ ਹੈ ਨਾ ਹੂੰ ਬਹੁਤ ਅੱਛੀ ਉਹ ਐਕਚੁਅਲੀ ਮੂਮਨ ਸਾਰੇ ਫਾਰਨ ਚ ਸੈਟਲ ਨੇ ਜੀ ਮੂਮਨ ਫਾਰਨ ਚ ਸੈਟਲ ਨੇ ਉਹ ਸਾਰੇ ਉੱਥੇ ਉੱਥੇ ਬੜੇ ਘਟਨ ਉਹ ਕਈ ਵਾਰ ਕਰਦੇ ਨੇ ਨਾ ਮੈਂ ਕਹ ਫਾਰਨ ਹੋਇਆ ਅਮਰੀਕਾ ਆ ਕੋ ਕੈਨੇਡਾ ਤੋਂ ਫੋਨ ਫੋਨ ਹਾਂ ਤੇ ਬੜੀ ਅੱਛੀ ਜਨਰੇਸ਼ਨ ਹੈ ਜੀ ਜਿਹੜੀ ਉਹਨਾਂ ਲਈ ਅੱਛਾ ਆਪਸ ਵਿੱਚ ਪਹਿਲੇ ਇਹਨਾਂ ਸਾਧ ਜਾਤ ਪਾਤ ਵਿਤਕਰਾ ਕਰ ਕਾ ਨਾ ਕੋਈ ਬੜੀ ਵਿਤਕਰਾ ਨਹੀਂ ਸੀ ਜਾਤ ਪਾਤ ਅੱਛਾ ਇੱਕ ਮਨਸੂਰ ਅਲੀ ਹੋ ਗਿਆ ਔਰ ਕੁਸਾ ਨਾ ਚਿੱਤੇ ਤੇ ਔਰ ਇੱਕ ਅਫਸਰ ਸੀ ਅਫਸਰ ਖਾਨ ਅਫਸਰ ਖਾਨ ਉਹਦਾ ਪ੍ਰਭਾਅ ਬੜਾ ਰਾਮੇਸ਼ੀ ਸਰ ਅੱਛਾ ਉਹ ਸਾਰੇ ਸਾਰੇ ਜੀ ਹੋਣੇ ਨਾ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਚੰਗੇ ਉਹ ਜਦੂ ਦੇ ਜੱਟ ਸਾਹਿਬ ਹੈ ਨਾ ਉਹਨਾਂ ਦਾ ਤੇ ਸਾਡੇ ਗੁਰਮੀਨ ਨੂੰ ਲੱਗਦਾ ਹੁੰਦਾ ਸੀ ਤੇ ਇਆਂ ਦੇਖਿਆ ਸਨ ਸੀ ਜੱਟ ਸਾਹ ਕਰ ਆਇਆ ਅੱਛਾ ਤੁਸੀਂ ਲਸਾਏ ਤੁਸੀਂ ਆਹ ਬਰੋਦ ਬਣੇ ਹੁਣ ਸੁਣਾਣੇ ਸੀ ਨਾ ਮੇਕਾ ਮਾਸਟਰ ਆਹ ਆਣੇ ਵੇ ਜਦੋਂ ਕੁਛ ਨਸਾਂ ਦੇ ਤਾਂ ਸਾਂਨੇ ਮਕਾਨ ਸਾਢੇ ਛੋਟੇ ਚ ਨਹੀਂ ਐਕਚੁਅਲੀ ਆਵਾ ਬੜੀ ਨਹੀਂ ਸੀ ਨਾ ਇਹੋ ਜੀ ਹਾਂ ਕੋਈ ਨਾਲੇ ਚੋਲੇ ਚ ਨਾਲ ਬੰਡ ਹੋਣੇ ਇਹਦੇ ਹੈ ਨਾ ਕੁਝ ਲੋਕ ਇਹੋ ਜੀ ਵੀ ਵਿੱਚ ਹੋਣੇ ਹਤੇ ਅੱਜੋ ਭਾਈ ਹਿੰਦੂ ਇਹਨਾਂ ਕਰ ਵੀ ਥੇ ਨਾਲ ਹਾਂ ਜੀ ਮੂਨੇ ਮੂਨੇ ਹਿੰਦੂ ਹਿੰਦੂ ਨੇ ਕਰਿਆ ਸੀ ਹਿੰਦੂ ਦਾ ਕਰ ਰਿਹਾ ਹੈ ਜ਼ਿਆਦਾ ਨਹੀਂ ਸੀ ਨਾ ਹਿੰਦੂ ਦਾ ਕਰਨੇ ਸੀ ਇਹ ਤੇ ਸੇਖੋਰ ਮੁਸਲਮਾਨ ਅੱਛਾ ਸੇਖਰ ਮੁਸਲਮਾਨ ਜ਼ਿਆਦਾ ਇਸਨ ਬਿਗਾਲੇ ਅੱਛਾ ਬਿਗਾਲੇ ਤਾਂ ਆਪਣੀ ਆਪਣੀਆਂ ਨਾਲ ਨਾਲ ਹੀ ਐਸੀ ਔਰ ਸਕੂਲਸ ਖਾਲ ਐਸਨ ਸਕੂਲ ਅਸੀਂ ਆਪਣੇ ਇਥੇ 라ਵਲਾ ਕੋਟ ਤੇ ਮੈਂ ਤੁਹਾਨੂੰ ਲੋਕੋ ਕਹਿੰਦੇ ਸੇ ਪੜਿਆ ਮੈਂ ਗਿਆ ਮੈਨੂੰ ਦਾਖਲ ਕੀਤਾ ਉੱਤੇ ਤੋਂ ਮੋਲਵੀ ਮਾਸਟਰਸ ਨੇ ਮੋਲਵੀ ਲਾਲੀ ਟੋਪੀ ਪਾਈਦੀ ਭੈਜੋ ਨੇ ਫੁੰਬਲ ਹੋਰੀ ਅਸੀਂ ਬੈਂਦ ਕਹਿੰਦਾ ਇੱਕ ਕਾਫਰ ਹੋ ਰਾ ਗਿਆ ਉਹ ਕਹਿੰਦਾ ਕਹਿੰਦਾ ਹੱਸ ਕੱਢ ਮੈਂ ਪਸ ਕੇ ਕਿ ਪ੍ਰਸ਼ਾਦੇਗਾ ਫੁਟੇਜ ਫੁਟੇਜ ਬੈਂਦ ਖਿੱਚ ਕੇ ਮੇਰੇ ਹੱਥ ਤੇ ਦੇਖੋ ਇਹ ਹੋਣਾ ਅਗਲੇ ਦਿਨ ਮੈਂ ਗਿਆ ਨਹੀਂ ਸਕੂਲ ਇਹ ਮੈਂ ਤੁਹਾਨੂੰ ਆਪਣੇ ਸੁਣਾਣਾ ਸ ਇੱਕ ਹੀ ਇੱਕ ਅਸੀਂ ਨੈਕਸਟ ਜਨਰੇਸ਼ਨ ਦਾ ਬੜੀ ਗਲਤ ਚੀਜ਼ ਦਿੱਤੀ 2005 ਚ ਆਇਆ papa ji ਇਹ ਪੰਚਾਲ ਨਹੀਂ ਸਹਾਇਆ 2005 ਚ ਤੇ ਮੈਂ ਹੁਲੇਸਾ ਉੜੀ ਤੇ ਮੇਰੀ ਮੈਂ ਹਸ ਹੌਸਲੇ ਅਸ ਉਥੇ ਕਿਹਾ ਕਿ ਉਹ ਪੰਜਾਬ ਚ ਇੱਕ ਸੰਸਥਾ ਬਾੜੂ ਸਾਹਿਬ ਆਹਾਂ ਬੱਤ ਚੱਲ ਚਾ ਉਹਨਾਂ ਬੜੀ ਵੀਰਜੀ ਕਮਾਲ ਦੀ ਸੇਵਾ ਕੀਤੀ ਉਹਨਾਂ ਨੇ ਮੈਨੂੰ ਮੇਰੇ ਬਿਹਾਫ ਪਰ 2 ਕਰੋੜ ਰੁਪਏ ਦੀਆਂ 3 ਸ਼ੀਟਾਂ ਭੇਜੀਆਂ ਉਹਨੇ ਗੁੱਡ ਸ਼ੂਰ ਵੀ ਇਹ ਬੰਡੋ ਤੇ ਪਲਾਸੋ ਹੋਰ ਨਾਸਮਾਨ ਆਇਆ ਤੇ ਅਸਾਂ ਕਿਹਾ ਕਿ ਤਾ ਕਿ ਬੰਨਣਾ ਸ਼ੁਰੂ ਕਰਦੇ ਆ ਮੇਰੇ ਨਾਲ ਇਹ ਸਿੰਬਲ ਨੇ ਅਰਥਾਸ ਮੁੰਡੇ ਅੱਛਾ ਅੱਛਾ ਉਹ ਹਰ ਕਰ ਜਾਈ ਅਸੀਂ ਤੇ ਸਾਰਿਆਂ ਦੇ ਕਰ ਉਹ ਕੁਦਰਤੀ ਗੱਲ ਉਹ ਗਰੀਬ ਲੋਕ ਜਿਹਨੂੰ ਮਾਰੇ ਉਸਲੇ ਮਰ ਰਿਆ ਉਹਨੂੰ ਟੀਨ ਸ਼ੀਟ ਮਿਲ ਗਈ ਉਹਨੂੰ ਕਪੜੇ ਮਿਲ ਗਏ ਰੋਟੀ ਮਿਲੀ ਬਿਲਕੁਲ ਹੋਰ ਕੀ ਚਾਹੀਦਾ ਉਹ ਸਾਰੇ ਕੇ ਕਰਨ ਇੱਕ ਕਿਸਮ ਨੇ ਸਾਡੇ ਨਾਮ ਨੇ ਨਹਿਰਿਆ ਲਾ ਉਹ ਜਿੱਧਰ ਜਾਈਏ ਤੇ ਉਹਨਾਂ ਕਹੇ ਵੀ ਤਨ ਤਨ ਬਾਬੇ ਜੀ ਕਮਾਲ ਆ ਤੁਸੀਂ ਅਸਰ ਹੁਲਨੇ ਸੇ ਬਿਲਕੁਲ ਉਹ ਮਹਾਰਾਜ ਜੀ ਦੀ ਗੱਲ ਆਈ ਕਾਫਰੇ ਹਲੀ ਹੂੰ ਕੁਝ ਸਿਰਨਗਰ ਸਿਟੀ ਚ ਗਏ ਉੱਥੇ ਮੁਸਲਮਾਨ ਬੜੇ ਆਰਥੋਡੈਕਸ ਕਟੜ ਅੱਛਾ ਉਹਨੇ ਦੇਖਿਆ ਵੀ ਇਹ ਤਾਂ ਸਰਦਾਰੇ ਨਹੀਂ ਬਲੇ ਬਲੇ 2005 ਨਹੀਂ ਗੱਲ ਦੀ ਆਹੋ ਆਹੋ ਉਹਨਾਂ ਕਹੇ ਕਿ ਤਾਂ ਮਾਰੇ ਦੂਏ ਦਿਨ ਪੂਰੇ ਉੜੀ ਦੀਆਂ ਸਾਡੀਆਂ ਫੋਟੋ ਮਲਾਈ ਹੋੜੀਆਂ ਫੋਟੋਆਂ ਕਿਸ ਤਰ੍ਹਾਂ ਨੀ ਕਾਫ ਕਾਫ ਲਿਖਿਆ ਉਰਦੂ ਨਾ ਲਿਖਿਆ ਨਾ ਕਾਫ ਤੇ ਥੱਲੇ ਲਿਖਿਆ ਨਾ ਕਾਫਰ ਤੇ ਇਹ ਕਾਫਰ ਕਾਫਰ ਨਾ ਕਾਫ ਲਿਖਿਆ ਕਾਫ ਥੱਲੇ ਕਾਫ ਉਹ ਸੌਰੀ ਕਾਫਰਾ ਸੀ ਮੈਂ ਸੋਲਿਆ ਮੈਂ ਕਹਿੰਦੇ ਮੈਨੂੰ ਆਣਾ ਸੋਚ ਹੈ ਔਰ ਅਸਾਂ ਕਿ ਕਿਤਾ ਉਥੇ ਇਸਲਾਮ ਵਿੱਚ ਇੱਕ ਚੀਜ਼ ਹੈ ਕਿ ਜਿਹੜੀ ਮਸਜਿਦ ਹੈ ਮਸਜਿਦ ਦੇ ਅੰਦਰ ਗੈਰ ਮੁਸਲਮਾਨਾਂ ਦਾ ਪੈਸਾ ਨਹੀਂ ਲੱਗ ਸਕਦਾ ਮਸਜਿਦ ਸਿਰ ਮੁਸਲਮਾਨਾਂ ਦੇ ਪੈਸੇ ਨਾਲ ਬਣੀ ਜੀ ਜੀ ਆਸੋ ਉਥੇ ਕਮਲਕੋਟ ગયા ਜੀ ਬਿਲਕੁਲ ਇਹ ਮੁਜ਼ਾਫਰਾਬਾਦ ਦੇ ਸਾਹਮਣੇ ਪਰਲੇ ਪਾਸੇ ਹੈ ਜਸਾ ਉੱਥੇ ਗੁਰਦੁਆਰਾ ਸਾਹਿਬ ਵੇਖ ਸੀ ਸਾਡਾ ਸਲਾਮਾਬਾਦ ਅੱਛਾ ਗੁਰਦੁਆਰਾ ਸਾਹਿਬ ਦੀ ਮਰਤ ਵੀ ਡਿੱਗ ਗਈ ਸੀ ਆ ਸੌਂ ਬਣਾਈ ਅਸੀਂ ਸਾਰੇ ਪਿੰਡ ਵਾਲੇ ਇਕੱਠੇ ਕੀਤੇ ਮੁਸਲਮਾਨ ਅਸਾਂ ਕਹੇ ਵੀ ਸਾਰਾ ਤੁਹਾਡੇ ਨਾਲ ਕੋਈ ਹੋਰ ਨਹੀਂ ਹੈ ਅਸਾਂ ਆਪਣਾ ਗੁਰੂ ਘਰ ਬਣਾਇਆ ਤੇ ਤੁਹਾਡੀ ਮਸਜਿਦਾਂ ਤਿੰਨ ਡਿੱਗ ਗਈਆਂ ਅੱਛਾ ਜੇ ਤੁਸੀਂ ਜਾਇਜ਼ਤ ਦਿਓ ਤੇ ਤੁਹਾਡੀਆਂ ਮਸਜਿਦਾਂ ਵੀ ਬਣਾ ਦਈਏ ਹਾਂ ਯੈਸ ਜੇ ਨਹੀਂ ਤੁਸੀਂ ਸਾਨੂੰ ਜਾਇਜ਼ ਦਿੰਦੇ ਸਾਡੇ ਕੋਲ ਪੈਸੇ ਲੈ ਕੇ ਬਣਾ ਲਓ ਜੇ ਸਾਰੇ ਰੱਬ ਦਾ ਘਰ ਬਣਿਆ ਤਾਂ ਬੰਨਾ ਤੁਹਾਡਾ ਵੀ ਚਾਹੀਦਾ ਬੰਨਾ ਵੀ ਚਾਹੀਦਾ ਤੇ ਜੇ ਤੁਸੀਂ ਕੋ ਮਹਾਰਾਜ ਉਹ ਜਿਹੜੇ ਲੋਕ ਅੱਛੇ ਉਹਨਾਂ ਕਹੇ ਜੀ ਕਿਹੜੇ ਅਸਾਂ ਤਿੰਨ ਮਸਜਿਦਾਂ ਵੀ ਬਣਾਈਆਂ ਜੀ ਮਾਸ਼ਾਅੱਲ। ਅੱਜ ਤੱਕ ਤੁਸੀਂ اسلام آباد ਜਾਓ ਨਾ ਤਿੰਨ ਮਸਜਿਦਾਂ ਸਾਂ ਬਣਾਈਆਂ ਸਨ। ਅੱਛਾ ਅੱਛਾ ਤਿੰਨ ਮਸਜਿਦਾਂ ਗੁਰਦੁਆਰਾ ਸਾਹਿਬ ਬਣਾਇਆ ਉਹ ਜਿਹੜਾ ਇਥੇ ਲੋਕ ਕਾਫਰ ਹੋਈਏ ਗੱਲ ਆਈ ਨਾ ਜਿਨਾਂ ਦੀ ਮੈਂਟੈਲਿਟੀ ਉਹ ਜੀ ਬਣੀ ਨਹੀਂ। ਹਾਂ ਦਿਮਾਗ ਖਰਾਬ ਹੋ ਗਿਆ ਨਾ। ਅੱਛਾ ਪਪਾ ਫਿਰ ਗੁਰਦੁਆਰਾ ਸਾਹਿਬ ਵੀ ਥਿਆ ਸਮਝ ਲੈ। ਹਾਂ ਗੁਰਦੁਆਰਾ ਸਾਹਿਬ ਬਿਸ਼ਾਲ ਆ ਆਪਣੇ ਬਰਾਂਡ ਨਾਲ ਸੀ ਤੇ ਪਾਰ ਸੇ ਇੱਕ ਹੋਰ ਇਹ ਜਿਹੜਾ ਸੰਸਦ ਦਾ ਗੁਰਦੁਆਰਾ ਉਹ ਡੇਰੀ ਸਾਹਿਬ ਵਾਲਾ ਡੇਰੀ ਸਾਹਿਬ ਆ ਉਹ ਤੁਸੀਂ ਨਾਲ ਸਾਹ ਹਾਂ ਸਾੜੇ ਕਿਲੋ ਬਿਲਕੁਲ ਸਾਹਮਣੇ ਇੱਕ ਨੇ ਉਸ ਤੋਂ ਦੁਬਾਰਾ ਨਹੀਂ ਕੋਈ ਨਹੀਂ ਦੇਖਿਆ ਹੁਣ ਯਾਦ ਨਾਲ ਮੈਨੂੰ ਚੇਤਾ ਨਾ ਭੁੱਲ ਜਾਏ ਜਿਲ੍ਹਾ ਇੰਟਰਵਿਊ ਖਤਮ ਹੋ ਸੀ ਅੱਛਾ ਮੇਰੇ ਕੋਲ ਉਹਦੀ ਫੋਟੋ ਲਿਓ ਮੈਂ ਤੁਹਾਨੂੰ ਦੱਸਾਂਗਾ ਉਸ ਸਪੈਸ਼ਲ ਅੱਛਾ 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 ਹੁਣੇ ਤੁਹਾਨੂੰ ਦੱਸਾਂਗਾ ਇੰਟਰਵਿਊ ਖਤਮ ਹੋ ਉਸੇ ਮਤਲਬ ਕਾਫੀ ਜਣ ਜੇ ਮਾਨਸਨ ਨਾ ਪ੍ਰਾਸਨ ਉਹਨਾਂ ਨੇ ਇੱਕ ਇੱਕ ਗੁਰਦੁਆਰਾ ਬਣਾਇਆ ਸੀ ਆਪਣੇ ਕੱਲ ਸੁਣਾ ਉੱਥੇ ਕੌਣ ਸੇ ਮਾਤਰਵੀਰ ਸਿੰਘ ਹੋਰ ਉਹਨਾਂ ਪਰਿਵਾਰ ਸਾਹਿਬ ਤੇ ਕਿਹੜਾ ਪਰਿਵਾਰ ਸੀ ਉਸ ਦੇਰੀ ਸਾਹ ਵਾਲੇ ਗੁਰਦੁਆਰੇ ਕੌਣ ਦੇ ਸਾਬ੍ਹ ਓਏ ਸੰਤ ਭਾਈ ਮੇਲਾ ਸੀ ਸੰਤ ਭਾਈ ਰੋਤਾ ਸਿੰਘ ਸਾਹਿਬ ਇਹ ਉਹਨਾਂ ਦੀ ਯਾਦ ਵਿੱਚ ਹੈ ਕੋਈ ਉਹ ਮਨਸ ਅਮਰ ਅਮਰ ਸਿੰਘ ਹੈ ਤੇ ਇੱਕ ਉਹਨਾਂ ਦਾ ਸਾਬ ਚੱਠੇ ਉਹਦੇ ਉਹ ਟਿੰਡੇ ਕਿਨਾਸਾ ਉਹਨਾਂ ਦਾ ਟਿੰਡੇਲਾ ਤਾਰਾ ਸਿੰਘ ਮੰਤਾਰਾ ਸਿੰਘ ਅੱਛਾ ਆ ਇਹ ਪਰਿਵਾਰ ਦੇਖਣਾ ਸੌਸ ਲਾ ਉਸ ਦੇ ਦੀ ਸਾਹਿਬ ਦਾ ਆਹੋ ਹੈਨਾ ਅੱਛਾ ਤੁਸੀਂ ਗੇਨੇ ਉਹਨਾਂ ਸਾਬ ਕੋ ਪ੍ਰੋਗਰਾਮ ਸ਼ੁਰੂ ਨਾ ਮੈਂ ਜਦੋਂ ਕੋ ਪ੍ਰੋਗਰਾਮ ਹੋਏ ਗੇਨੇ ਸਾਬ ਸਾਖੀਬ ਸਿੰਘ ਮਨਸ ਰਗਵੀਰ ਸਿੰਘ ਜੀ ਨਾ ਇਹ ਫਰਸ਼ਾ ਲੈਡਰ ਹੋ ਗਿਆ ਕਿਸਮ ਦਾ ਹਾਂ ਤੁਹਾਡੇ ਇਥੇ ਸਾਡੇ ਸੈਟਲਮੈਂਟ ਚ ਵੀ ਬੜਾ ਯੋਗਦਾਨ ਰਿਹਾ ਹਾਂ ਹਾਂ ਯੋਗਦਾਨ ਰਿਹਾ ਦਾ ਕਾਫੀ ਅੱਛਾ ਬੜਾ ਅੱਛਾ ਸੈਟਲਮੈਂਟ ਬੜੀ ਅੱਛਾ ਧਰਮਿਕ ਸੇ ਬੰਦਾ ਨਹੀਂ ਨਹੀਂ ਕੋਈ ਸ਼ੱਕ ਨਹੀਂ ਸੀ ਅੱਛਾ ਪਾਪਾ ਤੁਸੀਂ ਗੁਰਦੁਆਰੇ ਕਿਹਨੇ ਹੁੰਨੇ ਸਹੇੜੀ ਸਾਹਿਬ ਉਹਨੇ ਦੁਆਰਾ ਨਹੀਂ ਗਿਆ ਕਿ ਨਹੀਂ ਉਹਦੋਂ ਕਿਹਨੇ ਹੁੰਨ ਸਿਆ ਕਰੇ ਰਾ ਉਹ ਪੱਕਾ ਬਿਲਕੁਲ ਉਹ ਸਾਖੀ ਰਾਨੇ ਮੇਲਾ ਲੱਗਦਾ ਦੋ ਜਦੋਂ ਬਸਾਖੇ ਹੁੰਦੇ ਸੀ ਨਿਸ਼ਾਨ ਸਾਹਿਬ ਚਾਰੇ ਹੁੰਦੇ ਸਨ ਮੇਰੇ ਪਿਤਾ ਜੀ ਕਾਫੀ ਲੰਮਾ ਕੰਦ ਕਰਦੇ ਸੀ ਤੇ ਇਹਨੂੰ ਬਣਾ ਦੇ ਉਸਨੇ ਹੈ ਰੋਇਲ ਸਿੰਘ ਬੋੜੇ ਆ ਕੰਬਲ ਨੂੰ ਖ ਉਹ ਲਕੜੀਆਂ ਨੇ ਨਿਸ਼ਾਨ ਸਾਹਿਬ ਤੇ ਇਹ ਜੇ ਲੰਬੇ ਲੰਮੇ ਤਰੇ ਤਰੇ ਬੰਦੇ ਚਾਚਾ গোਬਾਲ ਸਿੰਘ ਅਪਤਾਰ ਸਿੰਘ ਸਰਦਾਰ ਸਿੰਘ ਉਹ ਜਿਹੜੇ ਉੱਚੇ ਬੰਦੇ ਨੇ ਨਿਸ਼ਾਨ ਸਾਹਿਬ ਲਕੜੀਆਂ ਨਾਲ ਲਖੜਾ ਸਿੰਘ ਸ਼ੇਖ ਸਰਦਾਰ ਹੜਾ ਸਿੰਘ ਹੜਾ ਸਿੰਘ ਉਹ ਵੀ ਕਾਫੀ ਉੱਚੇ ਲੰਬੇ ਚੋੜੇ ਤਰੇ ਸਨ ਸਾਡੇ ਪਿਤਾ ਜੀ ਦੇ ਦੋਸਤ ਸਨ ਇਹਨਾਂ ਸਭਾਂ ਪੰਜਾਂ ਨੇ ਮਿਲ ਕੇ ਨਿਸ਼ਾਨ ਸਾਹਿਬ ਦਾ ਖੜਾ ਕਰਨਾ ਲੰਗਰ ਲੰਗਰ ਪ੍ਰਸ਼ਾਦ ਵੀ ਚੱਲਦਾ ਉਥੇ ਚੱਲਦਾ ਹਾਂ ਸੀ ਬਿਲਕੁਲ ਆਹ ਅੱਛਾ ਮਾੜੇ ਮਤਲਬ ਬੜੇ ਆਨੰਦ 'ਚ ਲੋਕ ਰਹੇ ਨੇ ਸੀ ਆਹ ਹਾਂ ਬੜੇ ਅੱਛਾ 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 ਲੱਗ ਰਿਹਾ ਸੀ ਅੱਛਾ ਅਜਾ ਪਰ 47 ਵਾਲਾ ਚੱਕਰ ਜਦੂ ਬਣਿਆ 47 ਵਾਲਾ ਚੱਕਰ ਜਿਹੜੀ ਇਹ ਇਸ ਤਰ੍ਹਾਂ ਬਣਿਆ ਕਿ ਕਬਾਲੀਆਂ ਨੇ ਕਸ਼ਮੀਰ ਲੈਣੀ ਸੀ ਤੇ ਉਹਨਾਂ ਨੇ ਪੁੰਛ ਦੀ ਮਾਰ ਰਸਤਾ ਕੱਟ ਕੇ ਨਾ ਤੇ ਇਹ ਕਿਸਨ ਕਸ਼ਮੀਰ ਨੂੰ ਘਰੇ ਪਾਣ ਚਾਹੁੰਦੇ ਸਨ ਮਤਲਬ ਆਇਓ ਉਧਰੋਂ ਮੁਸ਼ਫਰਾ ਵਾਦਲੇ ਪੁੱਛ ਤੇ ਉਹਨਾਂ ਨੇ ਪਹਿਲੇ ਸੋਚਿਆ ਕਿ ਜਿਹੜੇ ਪੁੰਛ ਦੇ Hindu kafir ਨੇ ਇਹਨਾਂ ਸੇਖਨ ਇਹਨਾਂ ਨੂੰ ਕੱਢੋ ਇਥੋਂ ਇਹ ਰੀਆ ਵੀ ਆਪਣੇ ਤੇ ਇੱਥੇ ਆਪਣੇ ਮੁਸਲਮਾਨ ਬਸਾਈਏ ਸਾਡੇ ਮੈਜਰਿਟੀ ਹੋਵੇ ਇਸ ਕਰਕੇ ਉਹਨਾਂ ਨੇ ਫਿਰ ਸਾਨੂੰ ਤੁਮਨ ਨੇ ਸੰਦੀ ਕੋਸ਼ਿਸ਼ ਕੀਤੀ ਤੁਸੀਂ ਕਾ ਪਹਿਲੇ ਪਤਾ ਥਿਆ ਸਾਹਿਬ ਹੀ ਉਹ ਨਸਨਾ ਪੇ ਸੀ ਜਿਉ ਆਣਾ ਸੱਜੇ ਆਇਆ ਫੋਲ ਤੋਂ ਫਾਦਰ ਸਾਹਿਬ ਆਰਮੀ ਚ ਟਵਰ ਆ ਸਾਹਿਬ ਮੇਰੇ ਫਾਦਰ ਸਾਹਿਬ ਇਹ ਲੈਗ ਸਨ ਐ ਐਮਸੀਪੀ ਚ ਇਹਨਾਂ ਚਿੱਠੀ ਭੇਜੀ ਨਹੀਂ ਇਹ ਅੰਗਰੇਜ਼ੇ ਨਹੀਂ ਫੌਜ ਵਿੱਚ ਸੇ ਜਾ ਰਾਜੇ ਨਹੀਂ ਸਾਲੇ ਨਹੀਂ ਅੰਗਰੇਜ਼ਾਂ ਦੀ ਫੌਜ ਹੈ ਜੀ ਅੱਛਾ ਇਹ ਉਧਰ ਪੰਜਾਬੀ ਇਲਾਕੇ ਰ ਸੀ ਇਹ ਚਿੱਠੀ ਲਿਖਿਆ ਸੀ ਹੈ ਬੱਦਲ ਦੇ ਛਾਟ ਆਂਦੀ ਪਈ ਨੇ ਆਪਣੇ ਆਪ ਨੂੰ ਸੰਭਾਲੋ ਉਵੇਂ ਕਿਸ ਚਿੱਟੀਆਂ ਸੈਂਸਰੂਲਾਈਜੇਸ਼ਨ ਨਾ ਤੇ ਸਿੱਧਣ ਸੀ ਰਿਸੋ ਦਾ ਕੇ ਮੁਸਮਨਾ ਹਮਲਾ ਕਰਨਗੇ ਆ ਕੋਡਵਰਡ ਕੋਡਵਰਡ ਇਹ ਹੈ ਬਦਲ ਦੀ ਛਾਟਾਂ ਦੀ ਪੈਣੇ ਆਪਣੇ ਆਪਣੇ ਸੰਭਾਲ ਲਓ ਤੇ ਕੋਈ ਸੇਫ ਜਗ੍ਹਾ ਦੇਖ ਕੇ ਉੱਥੇ ਨਿਕਲ ਜਾਓ ਇਹ ਪਰ ਸਾਰੇ ਬ੍ਰਾਜ਼ੀਲ ਵਾਲੇ ਨੇ ਫੈਸਲਾ ਕੀਤਾ ਕਿ ਇਹ ਜਿਹੜੇ ਪੋਰ ਨੇ ਲਿਖਿਆ ਰਿਵਰਸਿੰਗ ਨੇ ਇਹਦੇ ਕੋਈ ਰਾਜ਼ ਹੈ ਨਾ ਉਹਦੇ 5-6 ਦਿਨਾਂ ਬਾਅਦ ਹਮਲਾ ਹੋ ਗਿਆ ਪਪਾ ਜੀ ਉਹਨੂੰ ਡਿਊਟੀ ਕਿੱਥੇ ਸੀ ਉਸ ਦਾ ਹੈ ਡਿਊਟੀ ਉਹਨਾਂ ਦੇ ਸੀ ਪੇ ਦੇ ਪੂਨੇ ਦੇ ਪਾਸੇ ਕਿੱਟ ਪਾਸੇ ਸੀ ਅੱਛਾ ਇਹ ਉੱਥੇ ਸਨ ਇਹ ਉੱਥੇ ਸਨ ਉੱਥੋਂ ਚਿੱਠੀ ਲਿਖੀ ਉਹਨਾਂ ਨੇ ਪਤਾ ਲੱਗਿਆ ਨਾ ਤੈਨੂੰ ਪਤਾ ਲੱਗਿਆ ਨਾ ਫੌਜੀ ਆਦਮੀ ਸੀ ਪਤਾ ਲੱਗਿਆ ਕਿ ਇੱਥੇ ਕੁਝ ਲੜਾਈ ਲੱਗਣ ਵਾਲੀ ਹੈ ਕਿਉਂਕਿ ਇਹ ਇੱਕ ਕਸ਼ਮੀਰ ਦਾ ਹਰੇਕ ਨੂੰ ਪਤਾ ਸੀ ਕਿ ਕਸ਼ਮੀਰ ਨੂੰ ਇਹ ਲੈਣਾ ਚਾਹੁੰਦੇ ਨਾ ਹੋਏ ਆਹੋ ਲੈਣਾ ਚਾਹੁੰਦੇ ਨੇ ਤੇ ਅਸੀਂ ਫਿਰ ਅਲਰਟ ਹੋ ਗਏ ਅਸੀਂ ਕੀ ਤੱਕ ਮੈਂ ਸਮਾਨ ਸਮਾਨ ਚੱਕ ਕੇ ਜਿਹੜਾ ਲਾਈਟ ਸੀ ਦੇਰ ਸਭ ਚਲੇ ਗਏ अच्छा सारे सारे देर सब चले गए उथे रे गो ऐसी 12 देर सब को बंदोबस्त थे सर है ना कोई मतलब कमरे खाली से ना काफी कमरे बने नहीं से उठे हैं कमरे बने से कच्चे कमरे से ਇਥੇ ਡੰਗਰ ਬੰਦੇ ਸਰ ਗੋਆਲ ਕੋਈ ਉਦੇਸ਼ ਐਡਜਸਟ ਹੋ ਗਿਆ ਕੋ ਕਿਤੇ ਹੋ ਗਿਆ ਸਾਨੂੰ ਜਗ੍ਹਾ ਮਿਲ ਗਈ ਸੀ ਅੰਦਰ اچھا ਤੇ ਇੱਕ ਇੱਕ ਕਮਰੇ ਵਿੱਚ ਸਾਰਾ ਸਾਰਾ ਪਰਿਵਾਰ ਬਿੜ ਕੇ ਰਹਿੰਦੇ ਹੁੰਦੇ ਸੀ ਡੰਗਰ ਉਥੇ ਡੇਰੀ ਸਾਗੀ ਚੱਲੇ ਤੇ ਸੁਬਾ ਫਿਰ ਕੋ 4 ਵਜੇ ਹਮਲਾ ਕੀਤਾ ਕਬਾਲੀਆਂ ਨੇ ਹੂੰ ਉਸੇ ਜਗ੍ਹਾ ਡੇਰੀ ਸਾਹ ਡੇਰੀ ਸਾਹ ਹਮਲਾ ਕੀਤਾ ਤੇ ਮੇਰੇ ਚਾਚਾ ਸਰ ਸਰਦਾਰ ਸਿੰਘ ਤਲਵਾਰ ਲੈ ਕੇ ਬਾਹਰ ਨਿਕਲੇ ਆ ਜਾ ਕੇ ਲੜੀਏ ਜਿਹੜੇ ਜਵਾਨ ਜਵਾਨ ਸਰ ਸਾਹਿਬ ਬਾਹਰ ਨਿਕਲ ਗਏ ਲੇਕਿਨ ਉਹਨਾਂ ਦੀ ਉਹਨਾਂ ਕੋਲ ਡਾਕਟਰ ਮਰ ਰੈਫਰੈਂਸ ਨੇ ਇਹ ਡੈਫਰ ਸੜਾ ਨਾ ਕੈ ਕਰਦੀ ਆ ਇਹ ਜੜਾ ਵੀ ਗਿਆ ਸ਼ਾਇਦ ਹੁੰਦਾ ਗਿਆ ਅੱਛਾ ਤੋੜਾ ਉਥੇ ਕੋਣ ਸੀ ਅਸੀ ਅਸੀ ਬੱਲੇ ਸਾਡੇ ਚਾਚਾ ਜੀ ਡਿਗੇ ਚਾਚੀ ਸੀ ਮੈਂ ਇਨ ਤਤਾਪਰ ਸਿੰਘ ਦੀ ਕਰਵਾ ਲਈ ਤੋੜੇ ਮਾਤਾ ਜੀ ਮੈਂ ਅੱਛਾ ਇਹਨਾਂ ਨੂੰ ਪਤਾ ਜੀ ਸੀ ਹਾਂ ਮੈਂ ਮੇਰਾ ਮਨ ਇਹ ਮੇਰੇ ਮਨ ਤੇ ਨਾਲ ਸੀ ਹੁੰਦਾ ਬਦੇ ਉਹਨਾਂ ਦੇ ਨਾਲ ਇੱਕ ਛੋਟਾ ਬੱਚਾ ਸੀ 6 ਸਾਲ ਦਾ ਨਹੀਂ ਤੋੜਾ ਅਫਤਾਰ ਸਿੰਘ ਆਇਆ ਜਿਹੜੇ ਤੋੜਾ ਚਾਚਾ ਇਸ ਉਥੇ ਸੀ ਤੋਏ ਨਹੀਂ ਹਾਂ ਉਹਨਾਂ ਦੀ ਉਹਨਾਂ ਦੀ ਕਰ ਲਈ ਅੱਛਾ ਅੱਛਾ ਉਹਨਾਂ ਦੀ ਕਰ ਵਾਲੀ ਹੈ ਅੱਛਾ ਤੇ ਉਹ ਫਿਰ ਕਿ ਗਰੇਡਾ ਗਰੇਡ ਡਿੱਗਿਆ ਥਲੇ ਤੇ ਚਾਚੀ ਦੀ ਜੋ ਲੱਤਾਂ ਗੋਡੇ ਤੋਂ ਉਹ ਉਤਰ ਗਈਆਂ ਕੱਟ ਗਈਆਂ ਮੁੰਡਾ ਕੋਲ ਮਰਿਆ ਪਿਆ ਦਾ ਤੇ ਉਹ ਤੜਫਣ ਵਿਚਾਰਿਆ ਤੇ ਉਹ ਕਹਿਣ ਕਿ ਬਈ ਮੈਨੂੰ ਮਾਰ ਦਿਓ ਨਹੀਂ ਤੇ ਮੇਰੀ ਬੇਰੁਮਤੀ ਕਰਨਗੇ ਹਾਂ ਔਰ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਮਾਰਨਗੇ ਚੈਨ ਸਿੰਘ ਜੀ ਸਾਡਾ ਆਪਣੇ ਸਿੰਬਲ ਦਾ ਚੈਨ ਸਿੰਘ ਜੀ ਲੇਟਰ ਸੀ ਦੁਕਾਨਦਾਰ ਪੇਸ਼ ਹੋ ਉਹ ਲਿੰਕ ਰੋਡ ਅ ਜੀ ਦੁਕਾਨ ਵਾਲੇ ਉਹਦੇ ਕੋਲ ਬੰਦੂਕ ਛੇ ਦਿਨਾਲੀ ਉਹ ਕਹਿੰਦੇ ਆ ਉਹਨੂੰ ਚਾਚੀ ਕਹਿੰਦੀ ਹੈ ਜਨ ਜੀ ਮੈਨੂੰ ਗੋਲੀ ਮਾਰ ਕੇ ਮਾਰ ਦੇ ਰਹਾ ਹੈ ਐ ਪਰਜਾਇ ਮੈਂ ਤੈਨੂੰ ਕਿਹ ਮਾਰਾਂ ਅਬਰਾਪੁਰ ਕੋਈ ਨਹੀਂ ਚੱਕ ਸਕਦਾ ਹੂੰ ਉਸ ਤੋਂ ਬਹੁਤ ਜਿਸ ਤਰ੍ਹਾਂ ਪੋਰਨੀ ਮੈਂ ਮੈਂ ਤੈਨੂੰ ਨਹੀਂ ਮਾਰ ਸਕਦਾ ਮੇਰੇ ਪਰਜਾਇ ਲੱਗਦੀ ਹੈ ਬੜੀ ਮੇਰੇ ਕੋਲ ਹੂੰ ਮੈਂ ਇਹ ਪਾਪ ਨਹੀਂ ਕਰ ਸਕਦਾ ਹੂੰ ਅਸੀਂ ਉਹ ਨਸਕ ਚਲੇ ਗਏ ਰਾਵਲਾ ਕੋਟ ਰਾਵਲਾ ਕੋਟ ਰੇ ਕੋਈ ਉਫਰ ਥੇਰੇ ਲੱਤ ਕੱਟੀ ਨਹੀਂ ਉਹ ਫਿਰ ਬਰਕਪੁਸੀ ਡੈਥ ਹੋ ਗਈ ਬੇਚਾਰੀ ਦੀ ਆਹ ਬਾਅਦ ਵਿੱਚ ਉਹ ਫਿਰ ਕਾਹਨ ਕੋਲ ਲੈ ਕੇ ਇਲਾ ਉਹਨਾਂ ਨਾਲ ਖਾਣਾ ਸ਼ੁਰੂ ਕੀਤਾ ਸਾਨੂੰ ਕੋਈ ਕੰਟੈਕਟ ਹੀ ਨਹੀਂ ਆਇਆ ਉਹ ਦੋ ਵਾਰ ਅਸੀਂ ਜਰਾਵਲਾ ਕੋਟ ਚਲੇ ਗਏ ਰੋਲਾ ਕੋਲੇ ਕੋ 10 12 ਦਿਨ ਤਾਂ ਉਸੇ ਵੀ ਆਦਮੀ ਨੂੰ ਪਤਾ ਲੱਗਿਆ ਕਿ ਇਹ ਕੁਝ ਗੜਬੜ ਹੋਣ ਵਾਲੀ ਹੈ ਇਥੇ ਉਸ ਵੇਲੇ ਸਾਡੀ ਪ੍ਰੋਟੈਕਸ਼ਨ ਵਾਸਤੇ ਟਰੈਕ ਕਰਨਲ ਸਨ ਤੇ ਦੋ ਰੈਜਮੈਂਟਾਂ ਸਨ ਜੈਕ ਜਨ ਕੇ ਰਾਜੇ ਦੀਆਂ ਤਾਂ ਉਹਦੇ ਟਰੈਕ ਕਰਨਲ ਸਨ ਥੋੜੇ ਲੈ ਕੇ ਮੇਜਰ ਖਜੂਰ ਸੀ ਮੇਰੇ ਖਿਆਲ ਚ ਖਜੂਰ ਸੀ ਉਹ ਨਹੀਂ ਹੋਰ ਵੀ ਇੱਕ ਸੀ ਆਪਣਾ ਪ੍ਰੀਤਮ ਸਿੰਘ ਪਰੀ ਤੁਸੀਂ ਤਾਂ ਪੁੰਛਾ ਕੇ ਹੋਏ ਨਾ ਆਹੋ ਅੱਛਾ ਪਿੱਛੇ ਮੈਂ ਕਰੇ ਨਹੀਂ ਗੱਲ ਕਰਨਾ ਸਰ ਅੱਛਾ ਕਰੇ ਨਹੀਂ ਅੱਛਾ ਹਾਂ ਖਜੂਰ ਸਿੰਘ ਜੀ ਸਰ ਮੇਰੇ ਖਜੂਰ ਸੀ ਤੁਹਾਡੇ ਲੱਗ ਖਜੂਰ ਸਿੰਘ ਮੈਂ ਇਹ ਖਜੂਰ ਸਿੰਘ ਆ ਉਹਨੇ ਕਿਸਨਾ ਸੌਂਡ ਸ਼ੇਪ ਉਸ ਤੋਂ ਕੱਢਿਆ ਪੁੰਚ ਬਾਇ ਤੋਲੀ ਤਾਰ ਅੱਛਾ ਤੂੰ ਉਸ ਬਾਇ ਤੋਲੀ ਵੀ ਰਾਇਓ ਹਾਂ ਬਾਇ ਤੋਲੀ ਤਾਰ ਹੈ ਅੱਛਾ ਥੋੜਾ ਲੰਬਾ ਪੈਂਡਾ ਹੋ ਗਿਆ ਫਿਰ ਹਾਂ ਬਹੁਤ ਲੰਬਾ ਪੈਂਡਾ ਹੈ ਕਿਉਂਕਿ ਇਸ ਪਾਸੇ ਇਹਨਾਂ ਨੇ ਨਾ ਬਲਾਕੇ ਦਾ ਸੀ ਕਬਾਲੀਆਂ ਦਾ ਰਸਤਾ ਤੇ ਉਹ ਜਿਹੜੇ ਖਜੂਰ ਸਿੰਘ ਸੀ ਉਹਨੂੰ ਮਤਲਬ ਪਤਾ ਲੱਗ ਗਿਆ ਸੀ ਕਿ ਇਸ ਪਾਸੇ ਉਹਨਾਂ ਨੇ ਬਲਾਕੇ ਕੀਤੀ ਹੋਈ ਹੈ ਇਹ ਜਿਆ ਨੁਕਸਾਨ ਹੋਇਆ ਸਾਡਾ ਇਹਨੇ ਲੰਬਾ ਰੂਡ ਪਕੜਿਆ ਵਾਹ ਹਾਜੀ ਤੋਲੀ ਦੀਰ ਆਹ ਹੋ ਤੋਲੀਲੇ ਪਾਸੋਂ ਤੋਲੀ ਤੋਲੀ ਪੀਰੇ ਤੇ ਮੈਂ ਨਿਕਾਇਆ ਸੀ ਮੇਰੇ ਮਾਣੇ 5 ਕਿਲੋ ਆਟਾ ਚੱਕਾ ਛੜਿਆ ਹੋ ਮੱਕ ਦਾ ਜਿੱਦੇ ਭੁੱਖ ਲੱਗੇ ਨਾ ਫੱਕਾ ਮਾਰਲੇ ਇੱਕ ਤੇ ਪਾਣੀ ਦਾ ਘੁੱਟ ਪੀ ਲਈ ਉਪਰੋਂ ਭੁਖਾਣਾ ਮਰੇ 7 ਦਿਨ ਸੱਚਦੇ ਆ ਪੈਦਲ ਨਹੀਂ ਤੋੜਾ ਬੜਾ ਫਰਤੂ ਸੋ ਤੋੜਾ ਰੂਟ ਹੀ ਚੇਂਜ ਹੋ ਗਿਆ ਨਾ ਬਖਰਾ ਰੂਟ ਚੇਂਜ ਕਰਿਆ ਬੁਰ ਲੱਬਰ ਜ਼ੰਬਾ ਜ਼ੰਬਾ ਹੋ ਗਿਆ ਪਰ 7 ਦਿਨ ਜਾ ਕੇ ਪੁੰਚਾਂ ਸੀ ਪੁੰਚ 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 ਜਾਂਦੇ ਫਿਰ ਤੇ ਮੰਜਾ ਕਿਥੇ ਰਹਿ ਬੇ ਮਕਾਨ ਨਹੀਂ ਕੁਛ ਨਹੀਂ ਕਾ ਨਹੀਂ ਖਾਲੇ ਅਸ ਸੜ ਸੱਚ ਤੇ ਖੋੜੀ ਨਾਲ ਖੋੜੀ ਨਾਲ ਉਹ ਸੁਵਾਰੇ ਮਕਾਨ ਖਾਲੀ ਪਹਿਲੇ ਸਨ ਇੱਕ ਮਕਾਨ ਅਸਾਂ ਲੈ ਲਿਆ ਉਹਦੇ ਜੇ ਇਹ ਬਰਮੰਗ ਦੇ ਸਾਡੇ ਜੀਜੇ ਜੀ ਨੇ ਬਰਮੰਗ ਦੇ ਸਣਾ ਆਫਰ ਬਰਮੰਗ ਤੁਹਾਡੇ ਨਾਲ ਲੱਗਣਾ ਸਣਾ ਉਹ ਨਾਲ ਲੱਗਣਾ ਸ ਇਹ ਅਸਾਂ ਉਹ ਉਸ ਕਮਰੇ ਪੇ ਕੋਈ 16 17 ਆਦਮੀ ਰਹਿਣ ਲਗੇ ਅੱਛਾ ਹਾਂ ਰੋਡੀਆਂ ਬੰਦ ਜਾਂ ਸਭ ਖਾਂਦੇ ਪੀਂਦੇ ਨਹੀਂ ਉਸ ਦਾ ਪਾਪਾ ਬਰਗੇੜੀ ਪ੍ਰੀਤਮ ਸਿੰਘ ਹੋਰ ਆਇਨ ਸੇ ਕਿ ਨਹੀਂ ਹੈ ਜੀ ਕੋਣ ਹੈ ਬਰਗੇੜੀ ਪ੍ਰੀਤਮ ਸਿੰਘ ਬਰਗੇੜੀ ਪ੍ਰੀਤਮ ਸਿੰਘ ਨਹੀਂ ਆਇਆ ਹਾਂ ਆਇਆ ਦਸਨ ਬਰਗ ਬਰਗ ਆਇਆ ਦਸਨ ਅੱਗੇ ਸਨ ਉਹ ਅੱਗੇ ਸਨ ਸੜੀ ਕੋਲ ਉਹ ਬਰਗੇੜ ਬਰਗੇੜੀ ਬੰਦ ਕਿ ਐਸੇ ਇਹ ਬਣੇ ਕਿਸ ਤਰ੍ਹਾਂ पर इन्हें लिखे आर्मी हेडकुआटर को क्या त्राए करनल एक दूसरी गल नहीं सुनते एक सीनियर बनाओ ब्रिगेड कमांडर बनाओ उन्होंने ताकि अपनी प्लेनिंग भी हज़ार का जो काफिला है इनू असर सेफ करिए पुछ पहुंचाईए उन्हें कहा ठीक है लिखे ना अपनी सीनियर लिस्ट वो प्रीतम सिंह सीनियर से सब तो उन्हें कहा प्रीतम सिंह यू आर सीनियर मोस्ट कर्नल यू हैव बीन प्रमोटेड टू द रैंक ऑफ ब्रिगेडियर ਬ੍ਰਿਗੇਡਰ ਬਣ ਗਿਆ ਫਿਰ ਉਹ ਉਹਨੇ ਫਿਰ ਸਾਡੀ ਬੜੀ ਕੇਅਰ ਕਰਨੀ ਸ਼ੁਰੂ ਕਰ ਦਿੱਤੀ اچھا ਜਦੋਂ ਪੁੰਛ ਪਜਿਆ ਸੀ ਉਹਨੇ ਕਿਹਾ ਇਹ ਸਿਆਰ ਕੋਈ ਜਾਇਜ ਗਰਾਉਂਡ ਬਣਾਓ ਕਿਉਂਕਿ ਵਾਇਰ ਰੋੜ ਰਿਹਾ ਸੀ ਮੋਗਲ ਰੋੜ ਉਹ ਕਾਟੋਗੇ ਸਾਰਾ ਉਹ ਕਟ ਰੋ ਗਿਆ ਪੂਰਾ ਬਰਾਕ ਕਿਨਾਰਾ ਸੀ ਉਹਨੇ ਨੇ ਕਿ ਇਹਨਾਂ ਕੋਈ ਵੀ ਲੰਗੇ ਜਾਣੇ ਸੀ ਲੈ ਕੇ ਸਿਰੋਂ ਇਹਨੇ ਫਿਰ ਕਬਰਿਸਤਾਨ ਸ ਤੇ ਇੱਕ ਬੜਾ ਹੰਵਾਰ ਮੈਦਾਨ ਸੀ ਮੁਸਲਮਾਨਾਂ ਦਾ ਉਹ ਪੁੱਟਿਆ ਉਹ ਫਿਰ ਉਹਨਾਂ ਹੰਵਾਰ ਕੀਤਾ ਨੇਚਰਲੀ ਗੱਲ ਹੈ ਇੰਨੀ 40000 ਆਦਮੀ ਬਚਾਉਣਾ ਸੀ ਬਚਾਉਣਾ ਸੀ ਇਸ ਉਹਦੇ ਵਾਸਤੇ ਉਹਦੇ ਜਿਹਾ ਬਾਹਰ ਸੀ ਕੋਈ ਮਾਰੀ ਗੱਲ ਨਹੀਂ ਕੀਤੀ ਉਹਨੇ ਨਹੀਂ ਇਹ 20000 ਦੇ ਕਾਫਲੇ ਨੂੰ ਬਚਾਉਣ ਵਾਸਤੇ ਉਹਨੇ 에ਅਰਫੀਲਡ ਤੋਂ ਬਣਾਉਣ ਵਾਸਤੇ ਕਿ ਜਾਦੂ ਮੈਂ ਬਤੇ ਤੋਧਾਰਾਂਗਾ ਇਹ ਬੰਦੇ ਇੱਥੇ ਬੰਦੇ ਭੇਜਾਂਗਾ ਉਧਰੋਂ ਰਾਸ਼ਨ ਮੰਗਾਗਾ ਔਰ ਇਸੇ ਤਰ੍ਹਾਂ ਕੀਤਾ ਉਸ ਉਹਨੇ ਕੀਤਾ ਵੀ ਇਸ ਤਰ੍ਹਾਂ ਉਹ ਆਪ ਰਿਫੂਜੀ ਬੰਦੇ ਨੂੰ ਬਿਠਾ ਕੇ ਲੈ ਜਾਂਦਾ ਸੀ ਤੇ ਜਿਹੜੇ ਜਵਾਨ ਬੰਦੇ ਸਨ ਸਾਡੇ ਇਹ ਤੁਸੀਂ ਦੇਖੇ ਪਾਪਾਈ ਬਿਲਕੁਲ ਦੇਖ ਰਹਾ ਹੈ ਚੰਗਾ ਚੱਲ ਅਸੀਂ ਜਦੋਂ ਸਾਰਾ ਬਿਠਾਣ ਆਏ ਨਾ ਜਾਂਦੇ ਪਿਤਾ ਜੀ ਨੇ ਪਾਸ ਭੇਜਿਆ ਕਿ ਮੇਰੇ ਪਰਿਵਾਰ ਦਾ ਬਸੇ ਪਾਸ ਹੈ ਇਹਨੇ ਬੰਦੇ ਨੇ ਇਹਨਾਂ ਨੂੰ ਬਾਇਜਾਜ ਭੇਜਿਆ ਜਾਏ ਨਹੀਂ ਤੇ ਮੈਂ ਜੰਮੂ ਆ ਜਾਗਾ ਤੇ ਬ੍ਰਿਗੇਡ ਪੀਤੂ ਸਿੰਘ ਕਹਿੰਦਾ ਪਿਤਾ ਜੀ ਨੂੰ ਉਹ ਤੇਰਾ ਵਰਦੀ ਢਾਈ ਕੁੰਟੇ ਲੈਂ ਤੇ ਤੇਨੂੰ ਲੈ ਜਾਣ ਕੋਲ ਮੈਂ ਬੋਰੀ ਲੈ ਜਾਣਾ ਰਾਸ਼ਨ ਦੀ ਤੇ ਆਂਦੇ ਵਾਰ ਤੇਰੇ ਬੱਚੇ ਨੂੰ ਲੈ ਜਾਗਾ ਫਿਰ 에ਅਰਫੀਲਡ ਹੁੰਦਾ ਨਾ ਉਸਕਿ ਤੱਕ ਅਨੌਸਖਰੇ ਕਿ ਰਵੇਲ ਸਿੰਘ ਦਾ ਕੋਈ ਨਾਏ ਰਵੇਲ ਸਿੰਘ ਦਾ ਕੋਈ ਇਥੇ ਸੁਣਦਾ ਹੋਵੇ ਤੇ ਉਹਦੇ ਪਰਿਵਾਰ ਨੂੰ ਕਹੋ ਕਿ ਸੂਬਾ ਸ਼ਾਰਟ ਵਿੱਚ ਜਿੱਥੇ ਆ ਕੇ ਗਰਾਊਂਡ 'ਤੇ ਬੈਠਾ ਮੈਂ ਉਹਨੂੰ ਜੰਮੂ ਭੇਜ ਦਿਆਂਗਾ ਤੇ ਬੰਦੇ ਬੜੇ ਨੇਕ ਸਨ ਇੱਕ ਢੇਰੂ ਢੇਰੂ ਨਾਲ ਸੀ ਬੰਦੇ ਦਾ ਬਜ਼ੁਰਗ ਜਿਹਾ ਉਹਨੇ ਸੋਨਿਆ ਉਹਨੇ ਆ ਕੇ ਸਾਡੇ ਜੇਜੈ ਨੂੰ ਦੱਸਿਆ ਤੁਹਾਡਾ ਨਾਮ ਬੋਲਦੇ ਸੀ ਇਹਦੇ ਸਿਰ ਇਹਨੇ ਦੱਸਿਆ ਕਿ ਤੁਹਾਨੂੰ ਟੋਨੋ ਬਰਗੇਟ ਨੇ ਬੁਲਾਇਆ ਉਥੇ ਤੁਸੀਂ ਆਪਣਾ ਸਮਾਨ ਉਸ ਨੂੰ ਪੈਕ ਕਰਕੇ ਸਵੇਰ ਜਲਦੀ ਪਹੁੰਚ ਜਾਓ ਜਹਾਜ਼ ਅੰਦਰ 10 11 ਵਜੇ ਆਉਂਦਾ ਹੁੰਦਾ ਸੀ ਉਹ ਤੇ ਤੁਸੀਂ 에어 ਫੀਲਪੁਰ ਜਾਓ ਸਵੇਰ ਸਿਹਰਾ ਖਾ ਕੇ ਮਗਦੇ ਰੋਟੀ ਜਿਹੜੀ ਜਾਂਦਾ ਅੰਦਰ ਤੇ ਚਲੇ ਗਏ ਉਥੇ ਜਾ ਕੇ ਬੈਠੇ ਸ਼ਾਰਟੀ ਆਈ ਤੇ ਜੀ ਜਿਹਨੂੰ ਉਹਨੂੰ ਉਤਾਰਦਾ ਕਹਿੰਦਾ ਤੂੰ ਹੀ ਆਂਗੇ ਪਰthio ਪਕੜ ਤਲਵਾਰ ਇਹ ਤੇ ਰਹਿ ਫੁੱਲੇ ਤੇ ਉਹ ਨਾਲ ਲੜਾਈ ਕਰੋ ਤੇ ਉਹਨੂੰ ਬਾਦੀ ਭੇਜਾਂਗਾ ਮੈਂ ਨਹੀਂ ਇਹ ਬੜਾ ਫਟਾ ਵਿਜ਼ਨ ਸੀ ਉਹਨਾਂ ਦਾ ਜੀ ਬਹੁਤ ਲੰਗ ਜਿਹੜਾ ਸੀ ਉਸ ਨੂੰ ਆਹਲਾਕਾ ਮੁਰਕੇ ਕੈਪਚਰ ਕਰਨਾ ਐ ਨਾ ਬੜਾ ਮੁਸ਼ਕਿਲ ਸੀ ਲੇਕਿਨ ਬੜਾ ਤੋਖਾ ਆਇਆ ਉਹਨਾਂ ਨਾਲ ਜੀ ਬਾਦੀ ਬੜਾ ਤੋਖਾ ਆਇਆ ਤੋਖਾ ਆਇਆ ਹਜੀ ਜੋ ਦੇ ਉਹ ਕਬਰਸਤਾਨ ਕਰੀ ਤੋਖਾ ਆਇਆ ਨਾ ਨਹੀਂ ਪਪਾ ਜੀ ਗੱਲ ਸੁਣੋ ਜਿਆ ਤੇ ਕਬਰਸਥਾਨ ਕਰਕੇ ਸਾਡੇ ਸਮਾਜ ਵਿੱਚੋਂ 74 ਸਾਲ ਚ ਕਿਉਂ ਨਹੀਂ ਬੋਲਿਆਸ ਅਸਾ ਕਿਉਂ ਨਹੀਂ ਸੀ ਨਾ ਹਾਂ ਨਹੀਂ ਸੀ ਨਾ ਕਿਸ ਨੇ ਪੜਾਪ ਨਹੀਂ ਕੀਤਾ ਦੇਖੋ 74 ਸਾਲ ਬੀਤ ਕੇ ਤੁਸੀਂ ਜੀ ਮੰਨਿਆ ਵੀ ਜਿਉਣਾ ਹੁੰਦਾ ਨਹੀਂ ਹੈ ਮੰਦਵਰੀ ਕੋ ਗੱਦੀ ਨਹੀਂ ਹੈ ਮਤਲਬ ਉਹ ਨਾ ਹੁਣਾ ਤੁਸੀਂ ਜੰਮੂਜੀ ਨਹੀਂ ਉਹ ਨਹੀਂ ਉਹ ਸਾਡਾ ਸੇਵੀਅਰ ਹੈ ਸੇਵੀਅਰ ਆਪੁੰਛਾ ਸੇਵਰੇ ਪੁਲਿਸ ਦਾ ਸੇਵੀਅਰ ਹੋਇਆ ਤੇ ਫਿਰ ਪਿਛਲੇ 74 ਸਾਲ ਪੁਨਛੀ ਕਿਉਂ ਨਹੀਂ ਬੋਲਿਆ ਹੈ ਅਸਕੇ ਨਹੀਂ 74 ਸਾਲਾਂ ਸੇ ਇਹ ਗੱਲ ਚੁਕੀ ਐਸੀ ਇਹ ਨਹੀਂ ਸਾਡੇ ਕੋ ਬੋਲਣ ਵਾਲੇ ਨਹੀਂ ਸੀ ਨਾ ਨੇਦਰ ਲੋ ਸਭ ਚੋਰ ਹੋ ਗਏ ਮਾਈਵੇ ਦੇਖੋ ਉਸ ਆਦਮੀ ਦੀ ਮੈਂ ਘਰ ਗਿਆ ਪਿਛਲੇ ਮਹੀਨੇ अच्छा जिथे ਉਹਨਾਂ ਦੀ ਮੌਤ ਹੋਈ ਉਹ ਪੱਖਾ ਹੈ ਉਸ ਪੱਖੇ ਨਾਲ ਲੱਗ ਬਿਜਲੀ ਤੇ ਪੱਖੇ ਨਾਲ ਲੱਗ ਕੇ ਮੌਤ ਹੋਈ ਸੀ। ਅੱਛਾ 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 1975 ਦੇ ਵਿੱਚ ਤੇ ਉਹ ਦੁੱਖ ساری ਜ਼ਿੰਦਗੀ ਆਪਣੇ ਸੀਨੇ 'ਚ ਲੈ ਕੇ ਚਲਾ ਗਿਆ ਵੀ ਮੇਰੇ ਨਾਲ ਧੋਖਾ ਹੋਇਆ। ਧੋਖਾ ਬੜ ਬੜ ਦੋਖਾ। ਕਿ ਇੱਥੋਂ ਕੋਈ ਨਿਕਲੇ ਆ ਨਹੀਂ। ਇਸੇ ਨੇ ਉਹਨਾਂ ਦੇ ਆਖਰੀ ਕੇਸ ਬਣਾਉਦੇ ਉੱਪਰ ਫੁਰੇ। ਆ ਉਹਨੂੰ ਕੋਰਟ ਮਾਰਸ਼ਲ ਫੇਸ ਕਰਨਾ ਪਿਆ। ਬੜਾ ਲੰਮਾ ਚੜਾ ਹੋਇਆ। ਚਲੋ ਜਿੱਥੇ ਉਹ ਦੁੱਖ ਆ ਉਹ ਤੋਂ ਮੈਂ ਤੁਹਾਨੂੰ ਖੁਸ਼ਖਬਰੀ ਵੀ ਸੁਣਾਵਾਂਗਾ ਇਸ ਤੋਂ ਬਾਅਦ। ਬੱਸ ਮੈਨੂੰ ਇਹ ਚੀਜ਼ ਦੱਸੋ ਪਾਪਾ ਜੀ ਫਿਰ ਤੁਸੀਂ ਜੰਮੂ ਪੁਜਿਆ। ਹਾਂ। ਇੱਥ ਪਿਤਾ ਜੀ ਉਹ ਸੱਚੀ ਤੁਹਾਡੇ ਪਿਤਾ ਜੀ ਆਪ ਆਏ ਦਿਸੇ ਜੰਮੂ ਲੈਣ ਵਾਸਤੇ ਉਹ ਖਚਾਉਣਾ ਆਪਣੇ ਕੁਰਸ਼ੇਦ ਬੁੰਨੇ ਦੀ ਪੋਸਟ ਸੇ ਪੋਸਟਿੰਗ ਸੇ ਕੈਂਪ ਵਿੱਚ ਕੁਰਸ਼ੇਦ ਕੁਰਸ਼ੇਦ ਉਹ ਸੇ ਕੁਰਸ਼ੇਦ ਕੈਂਪ ਉਹ ਜੋ ਕੈਂਪਸ਼ਿਪ ਕੁਰਸ਼ੇਦ ਵਾਲਾ ਉਸੇ ਚੰਗ ਵਾਲੇ ਵਾਸਤੇ ਅੱਛਾ ਤੇ ਇਹਨਾਂ ਦੀ ਡਿਊਟੀ ਉਥੇ ਸੈਨੀਟਾਈਜ਼ਿੰਗ ਵਿੱਚ ਇਹ ਤੁਹਾਨੂੰ ਨਾਲ ਲੈ ਗਏ ਇਹ ਸਾਨੂੰ ਉਥੇ ਲੈ ਗਏ ਉਥੇ ਅਸੀਂ ਕੋ ਦੋ ਮਹੀਨੇ ਰਹੇ ਬਾਅਦ ਵਿੱਚ ਜਿਹੜਾ ਉਹਨਾਂ ਦਾ ਕੈਂਪ ਕਮਾਂਡਰ ਸੀ ਉਹ ਕਹਿੰਦਾ ਤੁਸੀਂ ਇੱਕ ਇੱਕ ਚੰਗ ਦਾ ਚੰਗ ਵਾਲੇ ਦਾ ਕੈਂਪ ਹੈ ਤੁਸੀਂ ਆਪਣੇ ਕੈਂਪ ਨੂੰ ਢੂੰਡੋ ਪਰ ਪਾਦਰ ਕਹਿੰਦੇ ਕਿਥੇ ਕਿੰਮ ਟੂਰਮ ਹੈ ਇਹਨਾਂ ਦੀ ਪੋਸਟਿੰਗ ਸਿ ਬੰਬਈ ਹੋਈ ਦੀ ਨਾਲ ਹੀ ਲੈ ਤੇ ਚਾਚਾ ਅਪਤਾ ਸਿੰਘ ਹੋਰ ਸੰ ਮਿਰਟ ਹਾਂ ਉਹਨਾਂ ਕਿਥੇ ਦੀ ਹੋ ਵੀ ਆਰਮੀ ਸੀ ਥੋੜੇ ਪਾਪਾ ਜੀ ਆਰਮੀ ਸੀ ਆਹੋ ਆਰਮੀ ਉਹ ਪਹਿਲੇ ਵੈਨਸੇ ਪਰ ਥੀ ਹੋਈ ਹਾਂ ਥੋੜਾ ਮਾਜੀ ਜਨ ਮਿਤਰਾ ਨਾ ਸੀ ਮੇਰਾ ਮਿਰਟ ਮਿਰਟ ਨਾ ਦਾ ਹਾਂਜੀ ਅੱਛਾ ਥੋੜਾ ਮਿਰਟ ਨਾ ਦਾ ਜਾਨ ਠੀਕ 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 ਮੇ ਮਿਰਟ ਰਹਿੰਦੇ ਸਨ ਉਹ ਅੱਛਾ ਸਾਰੇ ਸਾਰੇ ਸ਼ਿਫਟ ਉਹਨਾਂ ਕੋਲ ਚਲੇ ਗਏ ਉਥੇ ਇਧਰ ਕਦੋਂ ਆਇਆ ਸਿੰਬਲ ਕਦੋਂ ਆਇਆ ਸਿੰਬਲ ਅਸੀਂ ਆਏ 56 ਵਿੱਚ

ਪਾਪਾ ਤੁਹਾਨੂੰ ਇੱਥੇ ਮਕਾਨ ਉਥੇ ਸਿੱਥੇ ਇੱਥੇ ਮਕਾਨ ਸਾਬਰ ਮੁਰਗੀ ਥੀ ਆ ਕਿ ਮਕਾਨ ਨਹੀਂ ਐਸੀ ਮਕਾਨੇ ਸੀ ਪਹਿਲੇ ਦੋਚ ਕੱਚੇ ਮਕਾਨ ਕੱਚੇ ਕੱਚੇ ਮਕਾਨ ਰਸੀ ਖੂਹ ਦੇ ਕੋਲ ਜਿਹੜਾ ਸਿੰਬਲ ਦਾ ਬੜਾ ਫੋਸ ਸੀ ਉਹਦੇ ਖੂਹ ਦੇ ਨਾਲ ਹੀ ਪਿਛੇ ਮਕਾਨ ਬਣਿਆ ਸੀ ਚਾਚਾ ਗੋਪਾਲ ਸਿੰਘ ਦਾ ਉਹਦੇ ਇੱਥੇ ਡੱਬ ਜੇ ਬਣਾ ਗਿਆ ਸੀ ਉੱਤੇ ਰਿਆ ਤਾਂ ਪੜਨੇ ਨਵੇਂ ਸ਼ਹਿਰ ਕਿਨੇ ਹੁੰਨ ਸੀ ਬੜੇ ਨਵੇਂ ਸ਼ਹਿਰ ਪੈਗ੍ਰਾਣ ਹੁੰਨ ਸੀ ਇਥੋਂ ਆਪਣੇ ਵਾਰ 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 ਨੰਬਰ 4 ਤੋਂ ਅਗੇ ਸਕੂਲ ਐ ਬੜੀਆ ਥੇਗਾ ਆ ਬੜੀ ਥੇਗਾ ਇੱਥੇ ਹੀ ਸਕੂਲ ਐ ਪੜਿਆ ਅੱਛਾ ਅੱਛਾ ਤੂੰ ਸ ਮੁੜੀ ਤੁਸੀਂ ਫਿਰ ਕਿ ਮਾਣੇ ਮਾਣੇ ਦਿਨੇ ਦਵਾਨੀ ਹੈ ਬਸ ਬਜ ਜਾਈ ਤੇ ਮੈਂ ਮੈਂ ਸੋਜਾ ਪੈਦਲ ਜਾਗਾ ਦਵਾਨੀ ਕੀ ਖਾਈ ਨੇ ਉਸੇ ਸਕੂਲ ਦੇ ਹਾਫ ਛੁੱਟੀ ਹੁੰਦੀ ਹੈ ਨਾ ਤੇ ਦਵਾਨੀ ਦਾ ਦਿਨ ਦੇ ਪੰਡੇ ਦੇ ਕੇ ਰਾਜਮਾ ਦੇ ਥੋੜੇ ਚੌਕ ਦਿੰਦਾ ਹੁੰਦਾ ਸੀ ਉਹ ਖਾ ਕੇ ਚਲੋ ਅੱਛਾ ਪਾਪਾ ਗੱਲ ਸੁਣਾ ਮੁੜੀ ਫਿਰ ਸਾਰੀ ਉਮਰ ਕੰਮ ਕੀ ਕੀਤਾ ਤੁਸੀਂ ਸਰਵਿਸ ਮੈਂ ਆਰਮੀ ਚ ਰਿਹਾ ਆਰਮੀ ਚ 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 ਆਰਮ ਅੱਛਾ ਉਹ ਇਹ ਬ੍ਰਿਗੇਡ ਮੈਂ ਚੰਗੜ ਜਾ ਕੇ ਪਤਾ ਜਿਹੜੀ ਜੈਕ ਲਾਈ ਦੀ ਇਹ ਉਹੀ ਸੀ ਨਾ ਮਲੇਸ਼ੀਆ ਮੁਰੀ ਜੈਕ ਲਾਈ ਹਾਂ ਮਲੇਸ਼ੀਆ ਹੀ ਪਹਿਲਾਂ ਬ੍ਰਿਗੇਡ ਸਾਹਿਬ ਨੇ ਬਣਾਈ ਨਹੀਂ ਮਲੇਸ਼ੀਆ ਹੋ ਇਹ ਫਿਰ ਰਿਆਰ ਕੋ ਹੈ ਨਾ ਜਦੋਂ ਆਹ ਰਿਆਰ ਕੋ ਇਹ ਨਾ ਰੱਖਿਆ ਜੈਕ ਲਾਈ ਜੈਕ ਲਾਈਟ ਇਨਵੈਂਟਰੀ ਅੱਛਾ ਅੱਛਾ ਮੈਂ ਮਲੇਸ਼ੀਆ ਵਿੱਚ ਹੀ ਭਰਤੀ ਹੋਇਆ ਸਾਂ ਅੱਛਾ ਚੰਗੜ ਜਾ ਕੇ 41 ਰੁਪਏ 50 ਪੈਸੇ ਮੇਰੀ ਤਨਖਾਹ ਸੀ ਤੇ ਰਿਟਾਇਰ ਕਦੋਂ ਆਇਆ ਮੁਰੀ ਤੇ ਰਿਟਾਇਰ ਹੋਇਆ ਮੈਂ ਇਹਦੇ ਚੋਂ ਆਰਮੀ ਚੋਂ ਆਇਆ ਸਾਂ 2000 84 84 84 ਅੱਛਾ ਉਸ ਤੋਂ ਬਾਅਦ 84 ਮੈਨੂੰ ਪਤਾ ਕਿ ਮੇਰੇ ਮੈਂ ਮੈਂ ਬੰਗਿਆਜ ਕੋਸ਼ਣਵਾਲਾ ਰ ਅ ਅੱਛਾ ਪਰਥਿਓਂ ਦੇ ਬਾਅਦ ਇਹ ਪਰਪੜੇ ਰਹੀ ਐਸਾ ਮੈਂ ਪਹਿਲੇ ਉਹਨੇ ਕਲਰਕ ਬਣਾਇਆ ਕਲਰਕ ਬਣਾਇਆ ਮੈਂ ਹਾਂ ਬਨਮ ਕਲਰਕ ਇਹਨੇ ਜੇ ਇੱਕ ਲੈਟਰ ਆਇਆ ਰਕਵਾਟਰ ਦਾ ਕਿ ਐਜੂਕੇਸ਼ਨ ਅਫਸਰ ਦੀ ਵੈਕੈਂਸੀ ਐਂ ਸਰੇ ਪੜਣਾ ਵਿਚ ਤੇ ਦੋ ਪੜਣਾ ਦੇ ਉਮੀਦਵਾਰ ਐਨ ਤੇ ਉਸੇ ਤਸੜ ਦਾ ਕੋਈ ਉਮੀਦਵਾਰ ਨਹੀਂ ਤੇਰੇ ਕੋਈ ਦੇਣਾ ਚਾਹੁੰਦਾ ਐਪਲੀਕੇਸ਼ਨ ਦੇ ਦੇ ਉਹ ਮੈਂ ਦੇਖੀ ਐਪਲੀਕੇਸ਼ਨ ਆਪਣੇ ਟੋਏਸ਼ੀ ਐਡੀਟ ਨੂੰ ਦੱਸਿਆ ਸੀ ਉਹਨੂੰ ਦੱਸਿਆ ਇਹਨੇ ਭੇਜਦੇ ਐਡਕਵਾਟਰ ਜੇ ਉਹਨੇ ਬਲਾਈ ਇੰਟਰਵਿਊ ਵਾਸਤੇ

ਉਦੇ ਬਾਅਦ ਫਿਰ ਆਪਣੀ ਟਾਣ ਦੇ ਇੰਸਪੈਕਟਰ ਬਿਲਕੈ ਡਰਾਈਵ ਹੋਇਆ। ਅੱਛਾ ਦੋ ਨੌਕਰੀਆਂ ਕੀਤੀਆਂ ਦੋ ਨੌਕਰੀਆਂ ਕੀਤੀਆਂ। ਵਾਹ ਜੀ ਵਾਹ। ਅੱਛਾ ਪਪਾ ਜਾਨਾ ਕਿ ਪਰਿਵਾਰ ਬੱਚੇ-ਪੁੱਛੇ ਸੈਟਲ ਨੇ ਸਾਰੇ। ਸੈਂ ਬੱਚੇ ਸੈਟਲ ਨੇ ਸਾਰੇ। ਬੱਚੇ ਦੇਖੋ ਜੀ ਸੋਸਾਇਟੀ ਦੇ ਦੋ ਬੇਟੇ ਦੀ شادی ਹੋ ਗਈ। ਅੱਛਾ। ਬੇਟਾ ਆਪਣਾ ਉੱਪਰ ਠੀਕਾ ਕਾਰੋਬਾਰ ਕਰਦਾ ਹੈ। ਚਲੋ ਬੜੀ ਅੱਛਾ ਤੁਸੀਂ شادی ਕਰੀ ਜੀ ਤੂੰ ਕੀਤੀ ਸੀ। ਇਹ ਇਹ ਵੀ ਸਨ ਆਪਣੇ। ਥੋੜਾ ਕਿਹੜਾ ਮਾਜੀ ਕਿਹੜਾ ਪਿੰਡ ਸਾਡਾ ਪਿੱਛੇ ਕੁਦਾ ਹੈ? ਇਹ ਨਵੇਂ ਸ਼ਹਿਰ। ਨਾ ਹੈ? ਨਹੀਂ ਤੁਸੀਂ। ਵਾਹ।

सके, पर, कोल कोल ना, ना, अच्छा सके पापा तो अच्छा इतै ਵੀ ਕੋਲ ਕੋਲੀ ਇਹ ਨਹੀਂ ਦਿਆ ਇੱਥੇ ਹੀ ਕੋਲੀਆ ਨਾਲ ਨਾਲ ਹੀ ਇਹਦੇ ਇੱਥੇ ਵੀ ਹੈ ਇੱਥੇ ਹੀ ਮੈਂ ਕੋਲ ਕੋਲੀਆ ਦਿਆ اچھا ਪਾਪਾ ਜੀ ਹੁਣ ਮੈਂ ਤੁਹਾਨੂੰ ਆਣ ਇੱਕ ਖੁਸ਼ਖਬਰੀ ਸੁਣਾ ਜੀ ਬ੍ਰਿਗੇਡਰ ਪ੍ਰੀਤਮ ਸਿੰਘ ਉੱਪਰ ਅਸੀਂ ਇੱਕ ਮੋਹਮ ਸ਼ੁਰੂ ਕੀਤੀ ਵੀ ਇਹ ਮੈਂ ਸਾਡੇ ਬਜ਼ੁਰਗਾਂ ਨੇ ਮੈਂ 750 ਇੰਟਰਵਿਊ ਕੀਤਾ ਮੈਂ ਇੱਕ ਸ਼ੁਰੂ ਕੀਤੀ ਵੀ ਬ੍ਰਿਗੇਡਰ ਪ੍ਰੀਤਮ ਸਿੰਘ ਜਿਹੜਾ ਹੈ ਸਾਡਾ ਹੀਰੋ ਹੈ ਤੁਸੀਂ ਸੁਹਾਣਿਆ ਸਰ ਸੇਵੀਅਰ ਹੈ ਸਰ ਸੇਵੀਅਰ ਸਾਡਾ ਸੇਵੀਅਰ ਹੈ ਉਹ 74 ਸਾਲ ਤੱਕ ਉਸਨੇ ਪਰਸਟੀਗਮਾ ਤੁਸੀਂ ਲਾਈ ਰੱਖਿਆ ਇੱਕ ਅਨੇ ਵਧਾਈ ਰੋਆ ਸਾਡਾ ਔਰ ਤੁਸੀਂ ਇੱਕ ਬਾਇਏ ਐ ਇਹੋ ਜੇ ਅਸੋ ਹੀ ਨਾ ਮਜ਼ਾਕ ਕੀਤਾ ਉਸਨੇ ਨਾਲ ਹਾਂ ਹਾਂ ਤੋ ਉਸ ਵਾਸਤੇ ਅਸੀਂ ਇੱਕ ਬੜੀ ਸਟ੍ਰਗਲ ਕਰਕੇ ਪ੍ਰੋਗਰਾਮ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਪਿੱਛੇ ਆਈ ਤੂੰ ਕੋਈ 7-8 ਦਿਨ ਪਹਿਲੇ ਨਾ ਕੋਈ ਇਨਸਾਫ ਹੋਇਆ ਕੋਈ ਇੱਕ ਪ੍ਰੋਗਰਾਮ ਵੀ ਕਰਾਇਆ ਸੀ ਅਸੀਂ ਬ੍ਰਿਗੇਡ ਪਿੱਤਨ ਸਿੰਘ ਜਿਆਦੂ ਪਰ ਬੜਾ ਵੱਡਾ ਅੱਛਾ ਅੱਛਾ ਓਣ ਖੁਸ਼ਖਬਰੀ ਇਹ ਕਿ ਅਸੀਂ ਉਸ ਵਿੱਚ ਇੱਕ ਪਿਛਲੇ ਹਫ਼ਤੇ 24 ਤਰੀਕ ਇੱਕ 18 ਤਰੀਕ ਪਾਈ ਸੀ ਇੱਕ ਤੇ ਵੀ ਸਭ ਤੋਂ ਪਹਿਲੇ ਉਹਨਾਂ ਦੀ ਫੋਟੋ ਸਿੱਖ ਜੈਪਕਾਰ ਚ ਲਗਣੀ ਚਾਹੀਦੀ ਦਰਬਾਰ ਸਾਹਿਬ ਅੱਛਾ 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 ਲਗਣੀ ਚਾਹੀਦੀ ਬ੍ਰਿਗੇਡਰ ਪੀਤਮ ਸਿੰਘ ਦੀ ਹਣਾ ਉਹ ਫਿਰ ਕੱਲ ਰਾਤੀ ਨੂੰ ਕਲੀਅਰ ਹੋਇਆ ਹੋਣਾ ਪਰਸੋਂ 28 ਤਰੀਕਾ ਅੱਛਾ ਅੱਛਾ ਬੁੱਧਵਾਰ ਸਵੇਰੇ ਉਹਨਾਂ ਦੀ ਫੋਟੋ ਸਿੱਖ ਜੈਪਕਾਰ ਚ ਲੱਗੇਗੀ ਅਸੀਂ ਜਾ ਰਹੇ ਹਾਂ ਇੱਥੋਂ ਤੇ ਬ੍ਰਿਗੇਡਰ ਸਾਹਿਬ ਦੀ ਫੋਟੋ ਉੱਥੇ ਲੱਗੇਗੀ ਤੇ ਜਿੰਨੇ ਵੀ ਬਜ਼ੁਰਗ ਉਹਨਾਂ ਨੇ ਨਾਲ ਰੇ ਜਿਹੜਾ ਕਰਨੇ ਇਹਨਾਂ ਸਾਰਿਆਂ ਦਾ ਸਤਿਕਾਰ ਮਾਣ ਹੈ ਤੇ ਤੁਹਾਨੂੰ ਅਸੀਂ ਜਿਹੜੀ ਹੈ ਇਹ ਬ੍ਰਿਗੇਡਰ ਪੀਤਮ ਸਿੰਘ ਨੇ ਹਾਂ ਠੀਕ ਹੈ ਜੀ ਇਹ ਤੁਹਾਡੇ ਵਾਸਤੇ ਅਸੀਂ ਸਤਿਕਾਰ ਲੈ ਕੇ ਆਏ ਹ ਬਰਗੇਡੀਰ ਪੀਤਮ ਸਿੰਘ ਇਹ ਤੁਹਾਨੂੰ ਦੁਨੀਆ ਦੇਖ ਰਹੀ ਹੈ ਮਿਹਰਬਾਨੀ ਸ਼ੁਕਰੀਆ ਤੇ ਅਸੀਂ ਦੋ ਚੀਜ਼ਾਂ ਇੱਕੋ ਮੇਰੀ ਗੱਡੀ ਚ ਰਹੀ ਨਹੀਂ ਇੱਕ ਬਰਗੇਡੀਰ ਸਿੰਘ ਨੇ ਨਾਮ ਨਹੀਂ ਅਸੀਂ ਬਣਾਈ ਨਹੀਂ ਖੂੰਡੀ ਸਟਿਕ ਜਿਹੜੀ ਹੁਣ ਤੁਸੀਂ ਕਾ ਲੋੜ ਦੀ ਬਜ਼ੁਰਗਾਂ ਕਿਆ ਅੱਛਾ ਤੇ ਉਹ ਮੈਂ ਇਸ ਲਈ ਗੱਡੀ ਚ ਐਨਸੀ ਵਿੱਚ ਤੁਹਾਡੀ ਦਲਜੀਤ ਸਿੰਘ ਹੱਥ ਭੇਜ ਦਿਆਂਗਾ ਅੱਛਾ ਇੱਕੇ ਸਾਡੇ ਤਰਫੋਂ ਤੁਹਾਨੂੰ ਬਰਗੇਡੀਰ ਸਾਹਿਬ ਦੀ ਫੋਟੋ ਹੈ ਬਹੁਤ ਬਹੁਤ ਸ਼ੁਕਰੀਆ ਇਹ ਘਰ ਘਰ ਲੈਣੀ ਚਾਹੀਦੀ ਇਹ ਮੈਂ ਆਪਣੇ ਹੀਰੋ ਸਮਝਦਾ ਇਹਨਾਂ ਨੂੰ ਇਹ ਹੀਰੋ ਵੈ ਸਾਡੇ ਇਹ ਬਦਕਿਸਮਤੀ 74 ਸਾਲ ਅਸੀਂ ਆਪਣੇ ਇੱਕ ਕਵੀ ਨੇ ਲਿਖਿਆ ਕਿ ਸਿੱਖ ਆਪਣੇ ਇਤਿਹਾਸ ਸਿਰਜ ਨਹੀਂ ਬਣਾਦੀ ਇਤਿਹਾਸ ਸਾਹਮਣੀ ਨਹੀਂ ਇਹਨਾਂ ਨੂੰ ਚਲੋ ਗਵਰਨਮੈਂਟ ਨੇ ਬਾਕੀ ਇਹਨੇ ਸਾਹਮਿਆ ਨਹੀਂ ਸਾਹਮਿਆ ਅਸਾ ਲੋਕਾਂ ਨੇ ਸਾਹਮਣਾ ਚਾਹੀਦਾ ਸੀ ਸੋ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਨੇ ਫੈਸਲਾ ਕਰਕੇ 28 ਤਰੀਕ ਇਹਨੇ ਨੀ ਫੋਟੋ ਜਿਹੜੀ ਹੈ ਸਿੱਖ ਜੈਬ ਕਾਰਜ ਲੱਗੇਗੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਆਪਣਾ ਕੀਮਤੀ ਤੇ ਆਪਣਾ ਤੁਹਾਨੂੰ ਹਾਂ ਨਹੀਂ ਨਹੀਂ ਬਹੁਤ ਬਹੁਤ ਸ਼ੁਕਰੀਆ ਸੋ ਸਾਧ ਸੰਗਤ ਪ੍ਰੋਗਰਾਮ ਸੀ 1947 ਦਾ ਸੰਤਾਪ ਸੱਚਮੁੱਚ ਸਾਡੇ ਬਜ਼ੁਰਗ ਜਿਹੜੇ ਨੇ ਇਹਨਾਂ ਕੋਲ ਬਹੁਤ ਵੱਡਾ ਖਜ਼ਾਨਾ ਹੈ ਪਰ ਅਸੀਂ ਕਦੇ ਇਹਨਾਂ ਦੇ ਕੋਲ ਬੈਠ ਕੇ ਇਸ ਖ ਇਹਨਾਂ ਦੇ ਕੋਲੋਂ ਲੈਣਾ ਹੀ ਨਹੀਂ ਚਾਇਆ ਕਿਸ ਟੰਗ ਦੇ ਨਾਲੇ ਬਜ਼ੁਰਗ ਤੁਰ ਕੇ ਆਏ ਨੇ 7 ਦਿਨ ਦਾ ਪੈਂਡਾ ਇਹਨਾਂ ਨੇ ਆਪ ਦੱਸਿਆ ਵੀ 5 ਕਿਲੋ ਆਟਾ ਮਾਤਾ ਜੀ ਨੇ ਦਿੱਤਾ ਔਰ ਖਾਲੀ ਆਟਾ ਪਾਣੀ ਦੇ ਨਾਲ ਉਹ ਸਮਝ ਲਓ ਇੱਕ ਇਸ ਤਰ੍ਹਾਂ ਹੀ ਅੰਦਰ ਪੇਟ ਦੇ ਵਿੱਚ ਪਾਉਣਾ ਔਰ 5 ਦਿਨ 7 ਦਿਨ ਦਾ ਜ਼ਫਰਾ ਭਰਿਆ ਸਫਰ ਪੁੰਛ ਦੇ ਵਿੱਚ ਲੰਬਾ ਸਟਰਗਲ ਇਸ ਤੋਂ ਬਾਅਦ ਪੂਰੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਘੁੰਮ ਕੇ ਸਾਡੇਆਂ ਬਜ਼ੁਰਗਾਂ ਨੇ ਹੱਡ ਪੰਨੀ ਮਿਹਨਤ ਇਮਾਨਦਾਰੀ ਸਿੱਖੀ ਰੂਪ ਸਿੱਖੀ ਜਜ਼ਬਾ ਨਹੀਂ ਛੱਡਿਆ ਅੱਜ ਉਸੇ ਦੀ ਬਦੌਲਤ ਸਾਡੇ ਸੁੰਦਰ ਘਰ ਪੱਕੇ ਮਕਾਨ ਇਹ ਸਾਰਿਆਂ ਦਾ ਸਿਰ ਹੈ ਇਹਨਾਂ ਬਜ਼ੁਰਗਾਂ ਦੇ ਸਿਰਾਂ ਤੇ ਜਾਂਦਾ ਹੈ ਪ੍ਰੋਗਰਾਮ 1947 ਦਾ ਸੰਤਾਪ ਜਿਸ ਨੂੰ ਆਪ ਜੀ ਲੜੀਵਾਰ ਇਸ ਚੈਨਲ ਦੇ ਮਾਧਿਅਮ ਦੁਆਰਾ ਦੇਖਦੇ ਹੋ ਸਾਡਾ ਸਲਾਈਡ ਤੇ ਨੰਬਰ ਹੈ ਸਹਾਸੰਗਤ ਕੋਈ ਹੋਰ ਬਜ਼ੁਰਗ ਕਿਸੇ ਹੋਰ ਕੋਨੇ ਚਾ ਸਾਡੇ ਨਾਲ ਕੰਟੈਕਟ ਕਰੋ ਅਸੀਂ ਉਹਨਾਂ ਬਜ਼ੁਰਗਾਂ ਨੂੰ ਵੀ ਜਿਹੜਾ ਆਪ ਜੀ ਦੇ ਰੂਬਰੂ ਲੈ ਕੇ ਆਉਣ ਦਾ ਨਿਮਾਣਾ ਜਾਂ ਯਤਨ ਸਾਡਾ ਜਿਹੜਾ ਚੱਲਦਾ ਸੀ ਕਰਾਂਗੇ ਨਾਲ ਹੀ ਇੱਕ ਬਹੁਤ ਵਧਾਈ ਵਾਲੀ ਗੱਲ ਕਿ ਬ੍ਰਿਗੇਡਰ ਪ੍ਰੀਤਮ ਸਿੰਘ ਜੀ ਸ਼ੇਰ ਬੱਚਾ ਜਿਨ੍ਹਾਂ ਦੀ ਲੰਬਾ ਸਮਾਂ ਤੋਂ ਸਾਡੇ ਬਜ਼ੁਰਗ ਤਰਸਦੇ ਸੀ ਵੀ ਜਦੋਂ ਅਸੀਂ ਸਿੱਖ ਜ਼ੈਬ ਘਰ ਦੇ ਜਾਨਦੇ ਆ ਬਾਕੀ ਯੋਧਿਆਂ ਦੀ ਫੋਟੋ ਹੈ ਪਰ ਸੇਵੀਅਰ ਆਫ ਪੁੰਛ ਪਰਗੇਦਰ ਪ੍ਰੀਤਮ ਸਿੰਘ ਦੀ ਫੋਟੋ ਉੱਤੇ ਕਿਉਂ ਨਹੀਂ ਪਰ ਗੁਰੂ ਨੇ ਕਿਰਪਾ ਕੀਤੀ ਸ਼ੋਮਨੀ ਗੁਰਦੁਆਰਾ ਪਰੰਦਰ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਫੈਸਲਾ ਕਰਕੇ ਪਰਸੋਂ 28 April 2021 ਨੂੰ ਇਹ ਫੋਟੋ ਬ੍ਰਿਗੇਡਰ ਪ੍ਰੀਤਮ ਸਿੰਘ ਜੀ ਦੀ ਜਿਹੜੀ ਹੈ ਸਿੱਖ ਜ਼ੈਬ ਘਰ ਦੇ ਵਿੱਚ ਲਗਾਈ ਜਾ ਰਹੀ ਹੈ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਦੱਸਿਏ ਕਿ ਸੱਚਮੁੱਚ ਅੱਜ ਹਿੰਦੁਸਤਾਨ ਦੇ ਨਕਸ਼ੇ ਦੇ ਵਿੱਚ ਜੇ ਪੁੰਛ ਹੈ ਉਸ ਪੂੰਛ ਨੂੰ ਬਚਾਉਣ ਵਾਲੇ ਰਾਖੇ ਪੂੰਛ ਦੇ ਬ੍ਰਿਗੇਡਰ ਪ੍ਰੀਤਮ ਸਿੰਘ ਨੇ ਬੜੀ ਛੇਤੀ ਕਿਸੇ ਹੋਰ ਬਜ਼ੁਰਗ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ ਜੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ